ਸਸਟੀ ਕਾਲ ਦਾ ਖਾਲਸ ਟੀਵੀ ਦੇਖ ਰਹੇ ਹੋ ਤੇ ਮੈਂ ਤੁਹਾਡੇ ਨਾਲ ਹਾਂ ਰਾਹੁਲ ਕਾਲਾ ਲੈ ਕੇ ਹਾਜ਼ਰ ਹਾਂ ਪੰਜਾਬ ਦੇਸ਼ ਤੇ ਦੁਨੀਆ ਦੀਆਂ तमाम ਵੱਡੀਆਂ ਖਬਰਾਂ ਤੇ ਸ਼ੁਰੂਆਤ ਕਰਦੇ ਹਾਂ ਅਸੀਂ ਕਿਸਾਨ ਅੰਦੋਲਨ ਤੋਂ ਜੇਕਰ ਦੇਖਿਆ ਜਾਵੇ ਤਾਂ ਫਰੀਦਕੋਟ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਜੋ ਮਰਨ ਵਰਤ ਤੇ ਬੈਠੇ ਹੋਏ ਨੇ ਭੁਖੜ ਹੜਤਾਲ ਰੱਖੀ ਹੋਈ ਹੈ ਉਹਨਾਂ ਨੇ ਤਾਂ ਅੱਜ ਉਹਨਾਂ ਦਾ ਚੌਥਾ ਦਿਨ ਪਹੁੰਚ ਚੁੱਕਿਆ ਤਾਂ ਇਸ ਭੁਖੜ ਹੜਤਾਲ ਨੇ ਬਿਊਰੋਕ੍ਰੇਸੀ ਦੇ ਨਾਲ ਨਾਲ ਡੈਮੋਕ੍ਰੇਸੀ ਦੇ ਵੀ ਜਿਹੜੇ ਆ ਉਹ ਉਸ ਦੇ ਵਿੱਚ ਪੁਚਾਲ ਲਿਆਨ ਦਿੱਤਾ ਹੈ ਜੋ ਜਗਜੀਤ ਸਿੰਘ ਡੱਲੇਵਾਲ ਆ ਉਹਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਨੋਟੀਫਿਕੇਸ਼ਨ ਜਾਣੀ ਕਰਵਾਉਣ ਦੇ ਲਈ ਤਾਂ ਆਪਣੇ ਭੁਖੜ ਹੜਤਾਲ ਤੇ ਬੈਠੇ ਹੋਏ ਸੀ ਜਿਸ ਤੋਂ ਬਾਅਦ ਲਗਾਤਾਰ ਉਹਨਾਂ ਦੇ ਕੋਲ ਸਰਕਾਰ ਦੇ ਨੁਮਾਇੰਦੇ ਪਹੁੰਚ ਰਹੇ ਨੇ ਵਿਧਾਇਕ ਪਹੁੰਚ ਰਹੇ ਆ ਇਸ ਤੋਂ ਇਲਾਵਾ ਜਿਹੜੇ ਐਸਐਸਪੀ ਆਈਜੀ ਸਾਰੇ ਪਹੁੰਚ ਰਹੇ ਡਾਕਟਰ ਵੀ ਜਿਹੜੇ ਪੂਰੀ ਸਲਾਹ ਦੇ ਰਹੇ ਉਹਨਾਂ ਨੂੰ ਕਿ ਆਪਣਾ ਅੰਦੋਲਨ ਖਤਮ ਕਰਨ ਪਰ ਕੀ ਹੈ ਕਿ ਮਰਨ ਵਰਤ ਜੋ ਰੱਖਿਆ ਹੋਇਆ ਉਸ ਨੇ ਸਰਕਾਰ ਦੇ ਅੰਦਰ ਇੱਕ ਪੁਚਾਲ ਖੜਾ ਕਰ ਦਿੱਤਾ ਹੈ ਤੇ ਅੱਜ ਫਿਰੋਜ਼ਪੁਰ ਰੇਂਜ ਦੇ ਆਈਜੀ ਜਸਕਰਨ ਸਿੰਘ ਤੇ फरीदकोट ਦੇ ਐਸਐਸਪੀ ਰਾਜਪਾਲ ਸੰਧੂ ਨੇ ਮੁਲਾਕਾਤ ਕੀਤੀ ਦੱਲੇਵਾਲ ਦੇ ਨਾਲ ਤੇ ਮੰਗ ਕੀਤੀ ਹੈ ਕਿ ਆਪਣਾ ਅੰਦੋਲਨ ਖਤਮ ਕਰਨ ਆਪਣੀ ਭੁੱਖ ਹੜਤਾਲ ਖਤਮ ਕਰਨ ਤਾਂ ਦੂਸਰੇ ਪਾਸੇ ਜੇਕਰ ਦੇਖਿਆ ਜਾਵੇ ਤਾਂ ਬੀਤੀ ਰਾਤ ਕੋਟਕਪੁਰਾ ਤੋਂ ਵਿਧਾਇਕ ਤੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਵੀ ਪਹੁੰਚਦੇ ਆ ਮਿੰਤਾ ਕਰਦੇ ਆ ਤਰਲੇ ਕਰਦੇ ਆ ਹਾੜੇ ਕੱਤਦੇ ਆ ਕਿ ਆਪਣਾ ਵਰਤ ਜਿਹੜਾ ਮਰਨ ਵਰਤ ਰੱਖਿਆ ਹੋਇਆ ਇਸ ਨੂੰ ਖਤਮ ਕਰਨ ਤਾਂ ਦੂਸਰੇ ਪਾਸੇ ਸਿਹਤ ਵਿਭਾਗ ਵੀ ਜਿਹੜੀ ਹੈ ਆਪਣੀ ਚਿੰਤਾ ਜ਼ਾਹਰ ਕਰ ਰਿਹਾ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਉਹਨਾਂ ਦਾ ਜਿਹੜਾ ਸ਼ੂਗਰ ਲੈਵਲ ਹੈ ਉਹ 23 ਤੱਕ ਪਹੁੰਚ ਚੁੱਕਿਆ ਤੇ ਜਿਹੜੇ ਡਾਕਟਰ ਹੈਗੇ ਨੇ ਉਹ ਵੀ ਕਹਿ ਰਹੇ ਨੇ ਕਿ ਡੱਲੇਵਾਲ ਨੂੰ ਆਪਣੀ ਸਿਹਤ ਨੂੰ ਪਹਿਲਾਂ ਦੇਖਣਾ ਚਾਹੀਦਾ ਹੈ ਮਰਨ ਵਰਤਨ ਜਿਹੜਾ ਹੈ ਮਰਨ ਵਰਤ ਜਿਹੜਾ ਹੈਗਾ ਉਹ ਖਤਮ ਕਰਨਾ ਚਾਹੀਦਾ ਪਰ ਇਸ ਦੇ ਬਾਵਜੂਦ ਡੱਲੇਵਾਲ ਡਟੇ ਹੋਏ ਨੇ ਉਹ ਕਹਿ ਰਹੇ ਨੇ ਕਿ ਮੈਂ 15-15 ਦਿਨ ਭੁੱਖ ਹੜਤਾਲਾਂ ਕੀਤੀਆਂ ਮੈਨੂੰ ਕੋਈ ਫਰਕ ਨਹੀਂ ਪੈਣ ਵਾਲਾ ਤਾਂ ਇੱਕ ਪਾਸੇ ਮੈਡੀਕਲ ਵਿਭਾਗ ਚਿੰਤਾ ਦੇ ਵਿੱਚ ਹੈ ਦੂਸਰੇ ਪਾਸੇ ਸਰਕਾਰਾਂ ਤੇ ਨਾਲ ਦੀ ਨਾਲ ਪ੍ਰਸ਼ਾਸਨ ਉਹ ਪੂਰੀ ਤਰ੍ਹਾਂ ਦੇ ਨਾਲ ਇਹਨਾਂ ਦੇ ਅੰਦਰ ਇੱਕ ਪੁਚਾਲ ਲਿਆ ਦਿੱਤਾ ਗਿਆ ਇਸ ਮਰਨ ਵਰਤਨੇ ਔਰ ਜੋ ਪਹਿਲਾਂ ਧਰਨੇ ਲਗਾਏ ਹੋਏ ਸੀ ਇਸ ਦਾ ਅਸਰ ਘਟ ਦਿਖਾਈ ਦੇ ਰਿਹਾ ਸੀ ਤੇ ਹੁਣ ਜੋ ਉਹਨਾਂ ਨੇ ਪੁਖੜ ਧੜ ਰੱਖੀ ਹੋਈ ਹੈ ਇਸ ਦੇ ਨਾਲ ਸਰਕਾਰ ਹਿਲਦੀ ਵੱਧ ਦਿਖਾਈ ਦੇ ਰਹੀ ਹੈ ਤਾ ਹੁਣ ਦੂਸਰੇ ਪਾਸੇ ਜਗਜੀਤ ਸਿੰਘ ਡੱਲੇਵਾਲ ਵੱਲੋਂ ਜੋ ਪੋਖੜਤਾਲ ਰੱਖੀ ਗਈ ਹੈ ਤਾਂ ਹੁਣ ਇਸ ਦੇ ਵਿੱਚ ਉਗਰਾਹਾ ਜਥੇਬੰਦੀ ਵੀ ਜਿਹੜੀ ਆ ਉਹ ਨਿੱਤਰ ਕੇ ਸਾਹਮਣੇ ਹੀ ਹੈ ਤੇ ਜੁਗਿੰਦਰ ਸਿੰਘ ਉਗਰਾਹਾ ਵੱਲੋਂ ਬਿਆਨ ਦਿੱਤਾ ਗਿਆ ਡੱਲੇਵਾਲ ਦੇ ਹੱਕ ਦੇ ਵਿੱਚ ਤੇ ਨਾਲ ਦੀ ਨਾਲ ਉਸ ਬਿਆਨ ਦਾ ਭਗਵੰਤਮਾਨ ਦਾ ਵਿਰੋਧ ਕੀਤਾ ਗਿਆ ਜਿਸ ਦੇ ਵਿੱਚ ਭਗਵੰਤਮਾਨ ਨੇ ਕਿਹਾ ਸੀ ਕਿ ਰਿਵਾਜ ਹੀ ਪੈਦਾ ਹੋ ਗਿਆ ਪੰਜਾਬ ਦੇ ਵਿੱਚ ਧਰਨੇ ਲਗਾਉਣ ਦਾ ਤਾਂ ਅਜਿਹੇ ਦੇ ਵਿੱਚ ਹੁਣ ਜਿਹੜੇ ਜਗਜੀਤ ਸਿੰਘ ਢੱਲੇਵਾਲ ਦੇ ਹੱਕ ਦੇ ਵਿੱਚ ਨਿਕਲੇ ਉਗਰਾਹਾਂ ਜਿੱਥੇ ਬੰਦੀ ਸਾਹਮਣੇ ਆਈ ਹੈ ਤੇ ਜੋਗਿੰਦਰ ਸਿੰਘ ਉਗਰਾਹ ਨੇ ਇੱਕ ਵੱਡਾ ਬਿਆਨ ਦਿੱਤਾ ਹੈ ਕਿ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਆਦਮੀ ਪਾਰਟੀ ਹੀ ਜਿਹੜੀ ਹੈ ਉਹ ਧਰਨਿਆਂ 'ਚੋਂ ਨਿਕਲ ਕੇ ਆਈ ਹੈ ਜਿਹੜਾ ਲੋਕਪਾਲ ਬਿੱਲ ਨੂੰ ਲੈ ਕੇ ਪਹਿਲਾ ਧਰਨਾ ਲੱਗਦਾ ਅੰਨਾ ਹਜ਼ਾਰੇ ਦੀ ਹਾਜ਼ਰੀ ਦੇ ਵਿੱਚ ਤਾਂ ਉੱਥੋਂ ਫਿਰ ਜਿਹੜੀ ਸਰਕਾਰ ਆਮ ਆਦਮੀ ਪਾਰਟੀ ਬਣਦੀ ਹੈ ਦਿੱਲੀ 'ਚ ਸਰਕਾਰ ਬਣਾਉਂਦੀ ਹੈ ਤਾਂ ਦੂਸਰੇ ਪਾਸੇ ਇਹ ਵੀ ਜਿਹੜਾ ਉਗਰਾਹ ਵੱਲੋਂ ਕਿਹਾ ਗਿਆ ਕਿ ਪੰਜਾਬ ਦੇ ਅੰਦਰ ਜਦੋਂ ਵਿਰੋਧੀ ਧਿਰ ਸੀ ਤਾਂ ਉਦੋਂ ਵੀ ਉਗਰਾਹਾਂ ਜਿਹੜਾ ਜਿਹੜਾ ਉਗਰਾਹ ਨੇ ਬਿਆਨ ਦਿੱਤਾ ਕਿ ਉਦੋਂ ਵੀ ਆਮ ਆਦਮੀ ਪਾਰਟੀ ਵਿਰੋਧੀ ਧਿਰ ਚ ਰਹਿੰਦੇ ਲਗਾਤਾਰ ਧਰਨੇ ਪ੍ਰਦਰਸ਼ਨ ਕਰੀ ਸੀ ਤਾਂ ਹੁਣ ਕਿਸਾਨਾਂ ਨੂੰ ਕਿਉਂ ਅਜਿਹੇ ਬਿਆਨ ਦੇ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਮਾਫੀ ਮੰਗਣੀ ਚਾਹੀਦੀ ਹੈ ਇਥੋਂ ਤੱਕ ਕਹਿ ਦਿੱਤਾ ਗਿਆ ਜਗਜੀਤ ਸਿੰਘ ਡੱਲੇਵਾਲ ਵੱਲੋਂ ਦੇ ਹੱਕ ਦੇ ਵਿੱਚ ਜੋਗਿੰਦਰ ਉਗਰਾਹਾ ਵੱਲੋਂ ਤਾਂ ਹੁਣ ਦੇਖਿਆ ਜਾਵੇ ਤਾਂ ਦੂਸਰੇ ਪਾਸੇ ਉਗਰਾਹਾ ਜਥੇਬੰਦੀ ਨੇ ਵੀ ਆਪਣੀ ਰਣਨੀਤੀ ਉਲੀਕ ਦਿੱਤੀ ਹੈ 26 ਨਵੰਬਰ ਨੂੰ ਕੇਂਦਰ ਸਰਕਾਰ ਦਾ ਘਰਾਓ ਕੀਤਾ ਜਾਵੇਗਾ ਪੰਜਾਬ ਦੇ ਗਵਰਨਰ ਨੂੰ ਮੰਗ ਪੱਤਰ ਦਿੱਤਾ ਜਾਵੇਗਾ राष्ट्रपति ਦੇ ਨਾਮ ਤੇ ਮੰਗ ਕੀ ਹੈ ਕਿ ਜਦੋਂ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਦੀ ਗੱਲ ਕੀਤੀ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਾਂ ਉਦੋਂ ਇੱਕ ਵਾਅਦਾ ਕੀਤਾ ਸੀ ਕਿਸਾਨਾਂ ਦੇ ਨਾਲ ਕਿ ਐਮਐਸਪੀ ਦੇ ਉੱਪਰ ਗਰੰਟੀਆਂ ਦੇਣੀਆਂ ਐ ਐਮਐਸਪੀ ਤੇਈ ਫਸਲਾਂ ਤੇ ਐਮਐਸਪੀ ਹੋਵੇਗੀ ਨਾਲ ਦੀ ਨਾਲ ਲਖੀਮਪੁਰ ਖੀਰੀ ਮਾਮਲੇ ਦੇ ਜਿਹੜੇ ਮੁਲਜ਼ਮ ਹੈਗੇ ਨੇ ਉਹਨਾਂ ਨੂੰ ਉਹਨਾਂ ਨੂੰ ਜਿਹੜੀਆਂ ਸਜ਼ਾਵਾਂ ਦਿੱਤੀਆਂ ਜਾਣਗੀਆਂ ਤਾਂ ਕਿਸਾਨ ਕਹਿ ਰਹੇ ਨੇ ਕਿ ਸਰਕਾਰ ਜੋ ਵਾਦਾ ਕੀਤਾ ਸੀ ਉਹ ਭੁੱਲ ਚੁੱਕੀ ਹੈ ਤੇ ਇਸ ਕਰਕੇ ਉਹਨਾਂ ਨੂੰ ਯਾਦ ਕਰਨ ਲਈ ਮੈਮੋਰੰਡਮ ਦਿੱਤਾ ਜਾਵੇਗਾ ਗਵਰਨਰ ਨੂੰ ਰਾਸ਼ਟਰਪਤੀ ਦੇ ਨਾਮ ਤਾਂ ਇਕੱਠ ਸੱਦਿਆ ਗਿਆ ਉਗਰਾਹਾ ਵੱਲੋਂ ਉਗਰਾਹ ਜਥੇਬੰਦੀ ਵੱਲੋਂ ਅੰਬ ਸਹਿਬ ਮੁਹਾਲੀ ਮੋਹੱਲੀ ਦੇ ਹਮ ਸਾਹਿਬ ਦੇ ਵਿੱਚ ਇਕੱਤਰਿਤ ਹੋਣ ਦਾ ਜਿਹੜਾ ਸੱਦਾ ਦਿੱਤਾ ਗਿਆ ਤਾਂ ਫਿਰ ਉੱਥੋਂ ਮਾਰਚ ਕੱਢਿਆ ਜਾਵੇਗਾ ਗਵਰਨਰ ਹਾਊਸ ਤੱਕ ਤਾਂ ਅਜੇ ਇਹ ਦੇ ਵਿਚਾਲੇ ਇਹ ਦੇਖਣਾ ਹੋਵੇਗਾ ਕਿ ਚੰਡੀਗੜ੍ਹ ਪੁਲਿਸ ਕਿਸਾਨਾਂ ਦੇ ਇਸ ਇਕੱਠ ਨੂੰ ਅੱਗੇ ਜਾਣ ਦਿੱਤਾ ਜਾਂਦਾ ਹੈ ਚੰਡੀਗੜ੍ਹ ਚ ਇਸ ਦੀ ਐਂਟਰੀ ਹੋ ਪਾਂਦੀ ਹੈ ਜਾ ਨਹੀਂ ਹੋ ਪਾਂਦੀ ਹੈ ਫਿਲਹਾਲ ਉਗਰਾਹਾ ਜਥੇਬੰਦੀ ਜਿਹੜੀ ਹੈ ਉਹ ਨਿੱਤਰਾਈ ਹੈ ਔਰ ਐਲਾਨ ਕਰ ਦਿੱਤੇ ਨੇ ਤੇ ਨਾਲ ਦੀ ਨਾਲ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਵੀ ਚਿੰਤਾ ਜ਼ਾਹਰ ਕੀਤੀ ਹੈ ਉਗਰਾਹਾ ਜਥੇਬੰਦੀ ਨੇ ਤੇ ਇਸ ਦੇ ਨਾਲ ਹੀ ਜੇਕਰ ਦੇਖਿਆ ਜਾਵੇ ਤਾਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਆਪਣਾ ਧਰਨਾ ਜਿਹੜਾ ਧਰੇੜੀ ਜੱਟਾਂ ਪਟਿਆਲਾ ਰਾਜਪੁਰਾ ਹਾਈਵੇ ਦੇ ਉੱਪਰ ਲਗਾਇਆ ਹੋਇਆ ਸੀ ਟੋਲ ਪਲਾਜ਼ਾ ਦੇ ਉੱਪਰ ਤਾਂ ਹੁਣ ਉਸ ਦੇ ਵਿੱਚ ਕਾਫੀ ਜਿਹੜਾ ਹੈ ਕਿਸਾਨਾਂ ਵੱਲੋਂ ਵੱਡਾ ਇਕੱਠ ਕੀਤਾ ਗਿਆ ਜਿਹੜਾ ਪੱਕਾ ਮੋਰਚਾ ਲਗਾ ਲਿਆ ਗਿਆ ਹਾਲਾਂਕਿ ਟੋਲ ਪਲਾਜ਼ਾ ਪੂਰੀ ਤਰ੍ਹਾਂ ਦੇ ਨਾਲ ਬੰਦ ਹੈ ਪਰ ਇੱਕ ਸਾਈਡ ਦਾ ਰੋਡ ਜਿਹੜਾ ਹੈ ਉਸ ਨੂੰ ਖੋਲ ਦਿੱਤਾ ਗਿਆ ਤਾਂ ਜੋ ਆਵਾਜਾਈ ਕਿਸੇ ਵੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਨਾ ਹੋ ਸਕੇ ਤਾਂ ਅਜਿਹੇ ਦੇ ਵਿੱਚ ਵੱਡਾ ਫੈਸਲਾ ਕਿ ਜਦੋਂ ਤੱਕ ਸਰਕਾਰ ਮੰਗਾ ਨਹੀਂ ਮੰਨਦੀ ਉਹਨਾਂ ਦੀਆਂ ਤਾਂ ਅਜਿਹੇ ਧਰਨੇ ਪ੍ਰਦਰਸ਼ਨ ਜਿਹੜੇ ਆ ਉਹ ਚੱਲਦੇ ਰਹਿਣਗੇ ਅਜਿਹਿਆ ਦਾਵਾ ਕੀਤਾ ਗਿਆ ਪਟਿਆਲਾ ਰਾਜਪੁਰਾ ਨੈਸ਼ਨਲ ਹਾਈਵੇ ਨੂੰ ਜਾਮ ਕਰ ਦਿੱਤਾ ਗਿਆ ਤਾਂ ਉਧਰ ਦੂਸਰੇ ਪਾਸੇ ਪੰਜਾਬ ਸਰਕਾਰ ਵੱਲੋਂ ਇੱਕ ਵੱਡਾ ਦਾਵਾ ਕੀਤਾ ਗਿਆ ਪੰਜਾਬ ਸਰਕਾਰ ਨੇ ਕਿਹਾ ਕਿ ਸੂਬੇ ਦੇ ਵਿੱਚ ਪਿਛਲੇ 2021 ਤੇ 2020 ਦੇ ਮੁਕਾਬਲੇ ਦੇ ਵਿੱਚ ਸੂਬੇ ਦੇ ਅੰਦਰ ਪਰਾਲੀ ਸਾੜਨ ਦੀਆਂ ਘਟਨਾਵਾਂ ਜਿਹੜੀਆਂ ਉਹ ਹੁਣ ਤੱਕ 20% ਘਟ ਹੋਈਆਂ ਨੇ ਯਾਨਕੀ ਪਿਛਲੇ ਸਾਲਾਂ ਦੇ ਨਾਲੋਂ 20% ਘਟ ਜਿਹੜੀ ਪਰਾਲੀ ਸਾੜੀ ਗਈ ਹੈ ਪੰਜਾਬ ਦੇ ਕਿਸਾਨਾਂ ਵੱਲੋਂ ਇਸ ਦਾ ਸਿਹਰਾ ਜਿਹੜਾ ਹੈ ਕੁਲਦੀਪ ਸਿੰਘ ਢਾਲੀਵਾਲ ਨੇ ਭਗਵੰਤ ਮਾਨ ਦੀ ਸਰਕਾਰ ਨੂੰ ਦਿੱਤਾ ਤੇ ਦਾਵਾ ਕੀਤਾ ਕਿ 2022 ਦੇ ਵਿੱਚ ਹੁਣ ਤੱਕ ਤਕਰੀਬਨ 49000 ਦੇ ਕਰੀਬ ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆਏ ਨੇ ਜਦਕਿ 2021 ਦੇ ਵਿੱਚ ਇਹ ਮਾਮਲੇ ਜਿਹੜੇ ਆ 75000 ਸੀ ਤੇ 2020 ਦੇ ਵਿੱਚ 71000 ਦੇ ਕਰੀਬ ਇਹ ਮਾਮਲੇ ਦੇਖਣ ਨੂੰ ਮਿਲੇ ਸੀ ਤਾਂ ਦੂਸਰੇ ਪਾਸੇ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ ਲਗਾਤਾਰ ਸਖਤੀ ਕੀਤੀ ਜਾ ਰਹੀ ਹੈ ਹਥਿਆਰਾਂ ਦੀ ਪ੍ਰਦਰਸ਼ਨੀ ਨੂੰ ਲੈ ਕੇ ਜਾਂ ਫਿਰ ਕਿਸੇ ਵੀ ਤਰ੍ਹਾਂ ਦਾ ਤੁਸੀਂ ਹਥਿਆਰ ਦੀ ਸੋਸ਼ਲ ਮੀਡੀਆ ਦੇ ਉੱਪਰ ਵੀ ਪੋਸਟ ਪਾਣਿਓ ਤਾਂ ਉਸ ਖਿਲਾਫ ਕਾਰਵਾਈ ਹੁੰਦੀ ਹੈ ਤਾਂ ਅਜਿਹੇ ਦੇ ਤਹਿਤ ਵਾਰਿਸ ਪੰਜਾਬ ਦੇ ਜੱਥੇਬੰਦੀ ਦੇ ਮੁਖੀ ਅਮਰਿਤਪਾਲ ਸਿੰਘ ਦੇ ਇੱਕ ਸਮਰਥਕ ਦੇ ਉੱਪਰ ਐਫਆਈਆਰ ਦਰਜ ਹੋਈ ਹੈ ਔਰ ਇਸ ਐਫਆਈਆਰ ਦੇ ਤਹਿਤ ਹੁਣ ਇਹ ਤਸਵੀਰ ਜਾਰੀ ਕੀਤੀ ਗਈ ਸੀ ਇੱਕ ਸੋਸ਼ਲ ਮੀਡੀਆ ਦੇ ਉੱਪਰ ਉਸ ਦੇ ਆਧਾਰ ਦੇ ਉੱਪਰ ਜਿਹੜੀ ਹੈ ਪਰਚਾ ਦਰਜ ਕੀਤਾ ਗਿਆ ਔਰ ਇਸ ਮੋਗਾ ਦੇ ਵਿੱਚ ਇਹ ਅਮਰਿਤਪਾਲ ਦਾ ਸਮਰਥਕ ਤੇ ਐਫਆਈਆਰ ਹੋਈ ਹੈ ਪ੍ਰਧਾਨ ਮੰਤਰੀ ਬਾਜਾ ਕੇ ਨਾਮ ਦਾ ਇੱਕ ਸਮਰਥਕ ਹੈ ਜੋ ਸੋਸ਼ਲ ਮੀਡੀਆ ਦੇ ਉੱਪਰ ਵੀ ਕਾਫੀ ਐਕਟਿਵ ਰਹਿੰਦਾ ਹੈ ਔਰ ਜਦੋਂ ਅੰਮ੍ਰਿਤਸਰ ਦੇ ਵਿੱਚ ਅਮ੍ਰਿਤਪਾਲ ਵੱਲੋਂ ਅਮ੍ਰਿਤ ਸੰਚਾਰ ਕੀਤਾ ਗਿਆ ਸੀ ਤਾਂ ਪ੍ਰਧਾਨ ਮੰਤਰੀ ਬਾਜਾ ਕੇ ਉੱਥੇ ਪਹੁੰਚਿਆ ਸੀ ਅਮ੍ਰਿਤ ਜਿਹੜਾ ਆ ਛਕਿਆ ਸੀ ਉੱਥੇ ਤਾਂ ਉਸ ਤੋਂ ਬਾਅਦ ਹੁਣ ਲਗਾਤਾਰ ਇਸ ਮਾਮਲੇ ਦੇ ਉੱਪਰ ਵਿਰੋਧੀ ਵੀ ਸਵਾਲ ਖੜੇ ਕਰ ਰਹੇ ਸੀ ਕਿ ਅਮਰਿਤਪਾਲ ਦੇ ਉੱਪਰ ਕਾਰਵਾਈ ਹੋਵੇਗੀ ਤਾਂ ਹੁਣ ਮੋਗਾ ਦੇ ਵਿੱਚ ਅਮਰਿਤਪਾਲ ਦੇ ਸਮਰਥਕ ਦੇ ਉੱਪਰ ਐਫ ਆਈ ਆਰ ਦਰਜ ਹੋਈ ਹੈ ਪ੍ਰਧਾਨ ਮੰਤਰੀ ਬਾਜਾਕੇ ਦੇ ਉੱਪਰ ਮਾਮਲਾ ਦਰਜ ਕੀਤਾ ਗਿਆ ਉਸ ਨੇ ਇੱਕ ਵੀਡੀਓ ਜਿਹੜੀ ਹੈ ਸੋਸ਼ਲ ਮੀਡੀਆ ਦੇ ਉੱਪਰ ਪਾਈ ਸੀ ਔਰ ਸੋਸ਼ਲ ਮੀਡੀਆ ਦੇ ਉੱਪਰ ਹਥਿਆਰ ਵਾਲੀ ਬੰਦੂਕ ਫੜੀ ਹੋਈ ਹੈ ਇਹ ਵੀਡੀਓ ਜਿਹੜੀ ਹੈ ਪੋਸਟ ਜਾਰੀ ਕੀਤੀ ਸੀ ਤੇ ਜਿਸ ਤੋਂ ਬਾਅਦ ਇਸ ਫੋਟੋ ਦੇ ਆਧਾਰ ਦੇ ਉੱਪਰ ਪਰਚਾ ਦਰਜ ਕੀਤਾ ਗਿਆ ਤਾਂ ਹੁਣ ਦੂਸਰੇ ਪਾਸੇ ਅੰਮ੍ਰਿਤਸਰ ਦੀ ਗੱਲ ਕਰਦੇ ਆਂ ਅੰਮ੍ਰਿਤਸਰ ਦੇ ਕੱਥੂ ਨੰਗਲ ਦੇ ਵਿੱਚ ਇੱਕ ਅ ਪੰਜਾਬ ਪੁਲਿਸ ਦੇ ਹੀ ਮੁਲਾਜ਼ਮ ਦੇ ਉੱਪਰ ਪਰਚਾ ਦਰਜ ਹੋਇਆ ਦਰਸਲ ਇੱਕ ਪੰਜਾਬ ਪੁਲਿਸ ਦਾ ਮੁਲਾਜ਼ਮ ਹੈ ਜੋ ਆਪਣੇ ਵਿਆਹ ਦੇ ਮੌਕੇ ਦੇ ਉੱਪਰ ਹਵਾਈ ਫਾਇਰ ਕਰਦਾ ਦੋਵੇਂ ਹੱਥਾਂ ਦੇ ਵਿੱਚ ਉਸਨੇ ਰਿਵੋਲਵਰ ਫੜੇ ਹੁੰਦੇ ਆ ਤੇ ਲਗਾਤਾਰ ਫਾਇਰ ਕਰਦਾ ਜਿਸ ਤੋਂ ਬਾਅਦ ਇਸ ਦਾ ਵੀਡੀਓ ਵੀ ਬਣਾਈ ਜਾਂਦੀ ਹੈ ਵੀਡੀਓ ਬਣਾਉਣ ਤੋਂ ਬਾਅਦ ਇਸ ਨੂੰ ਜਿਹੜਾ ਹੈ ਉਹ ਜਨਤਕ ਕੀਤਾ ਜਾਂਦਾ ਸੋਸ਼ਲ ਮੀਡੀਆ ਤੇ ਪਾਇਆ ਜਾਂਦਾ ਤੇ ਇਸ ਦੇ ਕਰਕੇ ਹੀ ਜਿਹੜਾ ਹੈ ਹੁਣ ਪਰਚਾ ਦਰਜ ਹੋ ਗਿਆ ਪੰਜਾਬ ਪੁਲਿਸ ਲਗਾਤਾਰ ਅਜਿਹਿਆਂ ਕਾਰਵਾਈਆਂ ਦੇ ਵਿੱਚ ਨਜ਼ਰ ਰੱਖ ਰਹੀ ਹੈ ਅਜਿਹੇ ਲੋਕਾਂ ਨੂੰ ਜਿਹੜਾ ਉਹ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਇਹ ਜਿਹੜਾ ਮਾਮਲਾ ਦਰਜ ਹੋਇਆ ਅੰਮ੍ਰਿਤਸਰ ਦੇ ਕੱਥੂ ਨੰਗਲ ਦੇ ਵਿੱਚ ਬਤੌਰ ਕਾਂਸਟੇਬਲ ਤੇਨਤ ਸੀ ਜਿਸ ਦੇ ਉੱਪਰ ਪਰਚਾ ਦਰਜ ਹੋਇਆ ਦਿਲਜੋਧ ਇਸ ਦਾ ਨਾਮ ਹੈ ਔਰ ਇਸ ਦੇ ਖਿਲਾਫ ਹੁਣ ਮਾਮਲਾ ਦਰਜ ਕਰ ਲਿਆ ਗਿਆ ਔਰ ਜੇਕਰ ਇਹ ਦੇਖਿਆ ਜਾਵੇ ਤਾਂ ਇਹ ਰਹਿਣ ਵਾਲਾ ਜਿਹੜਾ ਹੈਗਾ ਏ ਜਿਹੜਾ ਹੈ ਵਿਆਹ ਦੇ ਪ੍ਰੋਗਰਾਮ ਦੇ ਮੌਕੇ ਦੇ ਉੱਪਰ ਆਪਣੇ ਵਿਆਹ ਦੇ ਪ੍ਰੋਗਰਾਮ ਦੇ ਉੱਪਰ ਇਸ ਨੇ ਜਿਹੜੀ ਹੈ ਉਹ ਦਾ ਫਾਇਰ ਕਿਤੇ ਸੀ ਜਿਸ ਤੋਂ ਬਾਅਦ ਇਸ ਨੂੰ ਹੁਣ ਕਨਸਟੇਬਲ ਦਿਲਜੋਤ ਸਿੰਘ ਦੇ ਖਿਲਾਫ ਜਿਹੜਾ ਹੈ ਉਹ ਪਰਚਾ ਦਰਜ ਕਰ ਲਿਆ ਇਹ ਹਲਕਾ ਮੰਜਿੱਠਾ ਦੇ ਪਿੰਡ ਜਿਹੜਾ ਹੈ ਉਹ ਪੰਘਾਲੀ ਕਲਾ ਦਾ ਰਹਿਣ ਵਾਲਾ ਹੈ ਤੇ ਪਰਚਾ ਇਸ ਦੇ ਖਿਲਾਫ ਦਰਜ ਹੋ ਚੁੱਕਿਆ ਹੈ ਜੇ ਕਾਰਵਾਈ ਕੀਤੀ ਹੈ ਤੇ ਕਾਨੂੰਨ ਸਾਰਿਆਂ ਲਈ ਬਰਾਬਰ ਹੈ ਫੇਸ ਟੂ ਫੇਸ ਦਾ ਜਸਟਿਸ ਸਰ ਦੇਖੋ ਤੁਸੀਂ ਮੁਲਾਜ਼ਮ ਦੀ ਗੱਲ ਕੀਤੀ ਹੈ ਕਿਸੇ ਵਾਸਤੇ ਵੀ ਇਹ ਜਿਹੜੀ ਹੈ ਤੇ ਹੁਕਮ ਹੈ ਕਿ ਮਤਲਬ ਅਸੀਂ ਐਸ ਪਰ ਲਾਅ ਬਾਹਰ ਅਸੀਂ ਕਰ ਹੀ ਨਹੀਂ ਸਕਦੇ ਹਾਂ ਹਾਂਜੀ ਪਰ ਇਹ ਪੁਲਿਸ ਮੁਲਾਜ਼ਮ ਜਿਹੜਾ ਕਿ ਉਸ ਥਾਣੇ ਦਾ ਨਾਤਾ ਉਹ ਉਸ ਥਾਣੇ ਦੇ ਵਿੱਚ ਪੈਦੇ ਏਰੀਆ ਬਿਲਕੁਲ ਗਲਤ ਹੈ ਬਿਲਕੁਲ ਗਲਤ ਹੈ ਤਦ ਉਧਰ ਦੂਸਰੇ ਪਾਸੇ ਪਟਿਆਲਾ ਪੁਲਿਸ ਵੱਲੋਂ ਦਾਅਵਾ ਕੀਤਾ ਗਿਆ ਕਿ ਦੋ ਦਿਨਾਂ ਦੇ ਅੰਦਰ-ਅੰਦਰ ਹਥਿਆਰਾਂ ਸਬੰਧੀ ਜੋ ਲੋਕ ਸੋਸ਼ਲ ਮੀਡੀਆ ਦੇ ਉੱਪਰ ਹਥਿਆਰਾਂ ਦੀਆਂ ਫੋਟੋ ਪਾਉਂਦੇ ਆ ਤਾਂ ਅਜਿਹੇ 5 ਮਾਮਲੇ ਦਰਜ ਹੋਏ ਐ ਤੇ ਪੰਜਾਂ ਮਾਮਲੇ ਦੇ ਵਿੱਚ ਪੰਜ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਹ ਵੱਡਾ ਦਾਅਵਾ ਜਿਹੜਾ ਹੈ ਇਹ ਪਟਿਆਲਾ ਪੁਲਿਸ ਵੱਲੋਂ ਕੀਤਾ ਗਿਆ ਨੂੰ ਬ੍ਰਾਂਡਿਸ਼ ਕਰਨਾ ਜ਼ਰਤਨਸ ਦਾ ਡਿਸਪਲੇ ਕਰਨਾ ਤੇ ਇੱਕ ਭੜਕਾਊ ਮਾਹੌਲ ਕ੍ਰੀਏਟ ਕਰਨ ਦੇ ਖਿਲਾਫ ਅਸੀਂ ਇਹ ਸਪੈਸ਼ਲ ਡਰਾਈਵ ਚਲਾਈ ਹੈ ਪਟਿਆਲਾ ਪੁਲਿਸ ਨੇ ਇਸ ਡਰਾਈਵ ਦੇ ਤਹਿਤ ਪਿਛਲੇ 2 ਦਿਨਾਂ 'ਚ 5 ਐਫਆਈਆਰਾਂ ਦਰਜ ਕੀਤੀਆਂ ਨੇ ਅੰਡਰ ਦਾ ਰੈਲੇਵੈਂਟ ਸੈਕਸ਼ਨਸ ਆਫ ਲਾਅ ਐਂਡ ਮੈਂ ਸਾਰੇ ਸਿਟੀਜ਼ਨਸ ਨੂੰ ਇਹ ਅਪੀਲ ਕਰਨਾ ਚਾਹੁੰਦਾ ਆ ਕਿ ਕਿਸੇ ਵੀ ਪ੍ਰਕਾਰ ਦੇ ਵੈਪਨ ਨਾਲ ਲਾਇਸੈਂਸ ਵੈਪਨ ਨਾਲ ਅਨਲਾਈਸੈਂਸ ਵੈਪਨ ਨਾਲ ਕਿਸੇ ਰਿਸ਼ਤੇਦਾਰ ਦੇ ਵੈਪਨ ਨਾਲ ਕਿਸੇ ਫਰੈਂਡ ਦੇ ਵੈਪਨ ਨਾਲ ਕੋਈ ਵੀ ਫੋਟੋ ਆਡੀਓ ਵੀਡੀਓ ਕਿਸੇ ਤਰੀਕੇ ਦੀ ਵੀ سوشل میڈیا ਤੇ ਨਾ ਡਿਸਪਲੇ ਕੀਤੀ ਜਾਵੇ बिकॉज ਪਟਿਆਲਾ ਪੁਲਿਸ ਫਰਮ ਨਾਉ ਓਨਵਰਡਸ ਇੱਕ ਜ਼ੀਰੋ ਟੋਲਰੈਂਸ ਪਾਲਿਸੀ ਅਖਤਿਆਰ ਕਰੂਗੀ ਅਗੇਂਸਟ ਦੀ ਡਿਸਪਲੇ ਆਫ ਵੈਪਨਸ ਔਨ ਸੋਸ਼ਲ ਮੀਡੀਆ ਤਾਂ ਹੁਣ ਦੂਸਰੇ ਪਾਸੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦਾਵਾ ਕਰ ਰਹੇ ਨੇ ਕਿ ਜੋ ਹਥਿਆਰਾਂ ਦੀ ਸਮਿਖਿਆ ਸੰਬੰਧੀ ਜੋ ਮੁਹਿੰਮ ਛੇੜੀ ਗਈ ਹੈ ਇਹ 3 ਮਹੀਨੇ ਦੇ ਵਿੱਚ ਮੁਕੰਮਲ ਹੋ ਜਾਵੇਗੀ ਹੋਰ ਕੀ ਬਿਆਨ ਦੇ ਰਹੇ ਨੇ ਇੱਕ ਵਾਰ ਸੁਣਦੇ ਆ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਦੇ ਆਦੇਸ਼ਾਂ ਤੋਂ ਬਾਅਦ ਪੰਜਾਬ ਪੁਲਿਸ ਨੇ ਇੱਕ ਐਕਸਟੈਂਸਿਵ ਡਰਾਈਵ ਸ਼ੁਰੂ ਕੀਤੀ ਹੈਗੀ ਵੈਰੀਫਿਕੇਸ਼ਨ ਆਫ ਲਾਇਸنسਡ ਆਰਮਸ ਇਹ ਦੇਖਿਆ ਜਾਏਗਾ ਕਿ ਕਾਫੀ ਅਸਲੇ ਫੇਕ ਐਡਰੈਸਸਸ ਤੇ ਇਸ਼ੂ ਹੋਏ ਹੈਗੇ ਤੇ ਸਾਡੇ ਹਰ ਐਸ ਐਚਓ ਹਰ ਪੁਲਿਸ ਸਟੇਸ਼ਨ ਦੇ ਵਿੱਚ ਅਸੀਂ ਐਕਸਟੈਂਸਿਵ ਵੈਰੀਫਿਕੇਸ਼ਨ ਕਰਾਂਗੇ ਜਿਹੜੇ ਅਸਲੇ ਨਜਾਇਜ਼ ਇਸ਼ੂ ਹੋਏ ਹਨ ਉਹਨਾਂ ਨੂੰ ਕੈਨਸਲ ਕੀਤਾ ਜਾਊਗਾ ਇਹ 3 ਮਹੀਨੇ ਦੇ ਅੰਦਰ ਇਸ ਡਰਾਈਵ ਨੂੰ ਮੁਕੰਮਲ ਕੀਤਾ ਜਾਏਗਾ ਕੰਪਲੀਟ ਕੀਤਾ ਜਾਏਗਾ ਇਸ ਦੇ ਨਾਲ ਹੀ ਨਾਲ ਹੇਟ ਸਪੀਚਾਂ ਦੇ ਵਿੱਚ ਜਿੱਥੇ ਵੀ ਕਿਤੇ ਹੇਟ ਕਰਾਇਮ ਕਿਸੇ ਕਮਿਊਨਿਟੀ ਦੇ ਖਿਲਾਫ ਕੋਈ ਗੱਲ ਕਹੀ ਗਈ ਹੈ एफआईआर दर्ज ਕੀਤੀ ਜਾਣਗੀ ਸਖਤ ਲੀਗਲ ਐਕਸ਼ਨ ਲਿਆ ਜਾਊਗਾ ਗਲੋਰੀਫਿਕੇਸ਼ਨ ਆਫ ਵੈਪਨਸ ਵੈਦਰ ਇਨ ਸੰਗਸ اور ਇਨ سوشل میڈیا हैज बीन ਬੈਨਡ ਬਾਏ ਦਾ ਪੰਜਾਬ ਗਵਰਨਮੈਂਟ ਤੇ ਇਸ ਦੇ ਲਈ ਵੀ ਲੀਗਲ ਐਕਸ਼ਨ ਲਿਆ ਜਾਊਗਾ ਮੈਂ ਸਾਰੇ ਲੋਕਾਂ ਨੂੰ ਅਪੀਲ ਕਰਾਂਗਾ ਕਿ ਇਹ ਜਿਹੜੇ ਸਰਕਾਰ ਦੇ ਆਦੇਸ਼ ਹੈਗੇ ਇਹਨਾਂ ਦੀ ਪਾਲਣਾ ਕਰੋ ਅਦਰਵਾਈਜ਼ ਲੀਗਲ ਐਕਸ਼ਨ ਵਿਲ ਬੀ ਟੇਕਨ ਸੁਪਰੀਮ ਕੋਰਟ ਵੱਲੋਂ ਅੱਜ ਪੰਜਾਬ ਸਰਕਾਰ ਨੂੰ ਝਾੜ ਪਾਈ ਗਈ ਹੈ ਇਹ ਝਾੜ ਜਿਹੜੀ ਪਾਈ ਗਈ ਹੈ ਇਹ ਗੈਰ ਜਿਹੜੀ ਹੈ ਗੈਰ ਕਾਨੂੰਨੀ ਜੋ ਸ਼ਰਾਬ ਵੇਚੀ ਜਾ ਰਹੀ ਹੈ ਜਾਂ ਸ਼ਰਾਬ ਪੰਜਾਬ ਦੇ ਵਿੱਚ ਬਣ ਰਹੀ ਹੈ ਇਸ ਦੇ ਉੱਪਰ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਨੇ ਝਾੜ ਲਈ ਹੈ ਉਹਨਾਂ ਸੁਪਰੀਮ ਕੋਰਟ ਨੇ ਕਿਹਾ ਕਿ ਦੋਸ਼ੀਆਂ ਨੂੰ ਫੜਨ ਦੀ ਬਜਾਏ ਸਰਕਾਰ ਜਿਹੜਾ ਹੈ ਉਹ ਤਰੀਕਾ ਉਸ ਦਾ ਕਾਰਵਾਈ ਦਾ ਠੀਕ ਨਹੀਂ ਹੈ ਜਿਹੜਾ ਢੇਲੀ ਜਿਹੜੀ ਕਾਰਗੁਜ਼ਾਰੀ ਇਸ ਦੇ ਵਿੱਚ ਦੇਖ ਨੂੰ ਮਿਲ ਰਹੀ ਹੈ ਔਰ ਸੁਪਰੀਮ ਕੋਰਟ ਨੇ ਕਿਹਾ ਕਿ ਬਚਕਾਨਾ ਢੰਗ ਦੇ ਨਾਲ ਸਰਕਾਰ ਜਿਹੜੀ ਹੈ ਇਸ ਮੁੱਦੇ ਨੂੰ ਲੈ ਰਹੀ ਹੈ ਇਸ ਨੂੰ ਗੰਭੀਰ ਨਹੀਂ ਸਮਝਿਆ ਜਾ ਰਿਹਾ ਹਾਲਾਂਕਿ ਜਿਹੜੀ ਹੈ ਜ਼ਹਿਰੀਲੀ ਸ਼ਰਾਬ ਜਾਂ ਫਿਰ ਗੈਰ ਕਾਨੂੰਨੀ ਸ਼ਰਾਬ ਜਿਹੜੀ ਹੈ ਇਸ ਨੂੰ ਜ ਇਹ ਸਭ ਤੋਂ ਵੱਧ ਜਿਹੜੀ ਹੈ ਇਸ ਦੀ ਵਰਤੋਂ ਜਿਹੜੀ ਹੈ ਉਹ ਗਰੀਬ ਤਬਕੇ ਦੇ ਲੋਕ ਕਰਦੇ ਨੇ ਇਸ ਕਰਕੇ ਉਹਨਾਂ ਦੀ ਜਾਨ ਨੂੰ ਖਤਰਾ ਹੈ ਸਰਕਾਰ ਨੂੰ ਝਾੜ ਪਾਈ ਗਈ ਹੈ ਕਿ ਇਸ ਮਾਮਲੇ ਦੇ ਉੱਪਰ ਤੇਜ਼ੀ ਦੇ ਨਾਲ ਕਾਰਵਾਈ ਕੀਤੀ ਜਾਵੇ ਇਸ ਦੇ ਉੱਪਰ ਨਜ਼ਰ ਜਿਹੜੀ ਹੈ ਉਹ ਟਿਕਾ ਕੇ ਰੱਖੇ ਸਰਕਾਰ ਬੱਚਕਾਨੇ ਢੰਗ ਦੇ ਨਾਲ ਅਜਹੀਆਂ ਕਾਰਵਾਈਆਂ ਨਾ ਕਰੇ ਪੰਜਾਬ ਸਰਕਾਰ ਨੂੰ ਇਸ ਦੇ ਉੱਪਰ ਝਾੜ ਪਾਈ ਗਈ ਹੈ ਤਾਂ ਇੱਕ ਹਫਤਾ ਪਹਿਲਾਂ ਸੁਹਾਨਾ ਦੇ ਵਿੱਚ ਇੱਕ ਨਰਸ ਕੁੜੀ ਦਾ ਜਿਹੜੀ ਡੈੱਡ ਬੋਡੀ ਪਾਈ ਜਾਂਦੀ ਹੈ ਤਾਂ ਹੁਣ ਉਸ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਵੱਡਾ ਖੁਲਾਸਾ ਕੀਤਾ ਗਿਆ ਉਸ ਦੀ ਜਾਂਚ ਪੜਤਾਲ ਕਰਨ ਤੋਂ ਬਾਅਦ ਇਹ ਪਾਇਆ ਜਾਂਦਾ ਹੈ ਜੋ ਉਸ ਦੀ ਪੋਸਟਮਾਰਟਮ ਦੀ ਰਿਪੋਰਟ ਆਉਂਦੀ ਹੈ ਤੇ ਉਸ ਦੇ ਵਿੱਚ ਪਾਇਆ ਜਾਂਦਾ ਕਿ ਕੁੜੀ ਦਾ ਜਿਹੜਾ ਹੈ ਕਤਲ ਕੀਤਾ ਗਿਆ ਗਲਾ ਘੋਟ ਕੇ ਉਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਤੇ ਉਸ ਦੀ ਇੱਕ ਜਿਹੜੀ ਹੈ ਗਰਦਨ ਦੀ ਹੱਡੀ ਵੀ ਟੁੱਟੀ ਪਈ ਗਈ ਹੈ ਇਸ ਦੇ ਵਿੱਚ ਤਾਂ ਹੁਣ ਪੰਜਾਬ ਪੁਲਿਸ ਨੇ ਇਸ ਦੇ ਵਿੱਚ ਇੱਕ ਸ਼ੱਕੀ ਜਿਹੜਾ ਹੈ ਉਸ ਦਾ ਨਾਮ ਜਾਰੀ ਕੀਤਾ ਉਹ ਬਰਖਾਸਤ ਕੀਤਾ ਹੋਇਆ ASI ਹੈ ਪੰਜਾਬ ਪੁਲਿਸ ਦਾ ਉਸ ਦੇ ਖਿਲਾਫ ਜਿਹੜੀ ਜਾਂਚ ਦੀ ਸੂਈ ਪੰਜਾਬ ਪੁਲਿਸ ਦੀ ਗਈ ਹੈ ਹੋਰ ਕੀ ਇਸ ਦੇ ਵਿੱਚ ਅਪਡੇਟ ਹੈ ਇੱਕ ਵਾਰ ਸੁਣਦੇ ਹਾਂ ਇਹਦੇ ਵਿੱਚ 471 ਨੰਬਰ ਐਫ ਆਈ ਆਰ ਹੈ ਸਾਡੀ ਉਹਦੇ ਵਿੱਚ ਉਹਦੇ ਕਾਲਸ ਆਫ ਕਾਲਸ ਆਫ ਡੈਥ ਜਿਹੜੀ ਹੈ ਸਟ੍ਰਾਂਗੂਲੇਸ਼ਨ ਹੈ ਮਤਲਬ ਗਲ਼ ਘੋਟ ਕੇ ਮਾਰਨ ਦੇ ਵਾਰੇ ਐਕਸਪ੍ਰੈਕਸੀਆ ਤੇ ਉਸ ਬੰਦੇ ਕੀ ਕਹਿੰਦੇ ਉਹ ਤੇ ਅਸੀਂ ਉਹਦੇ ਵਿੱਚ ਮੁਲਜ਼ਮਾਂ ਦੀ ਮੁਲਜ਼ਮ ਦੀ ਜਿਹੜੀ ਮ੍ਰਿਤਕ ਦਾੜ ਕੋਲ ਡਿਟੇਲਸ ਦੀ ਵੀ ਅਸੀਂ ਉਹਦੀ ਉਹ ਕੀਤੀ ਹੈ ਕੋਕ ਜਿਹਦੇ ਚ ਸਾਨੂੰ ਅਸੀਂ ਮਦਈ ਮੁਕਦਮਾ ਜਿਹੜਾ ਮੁਖਤਿਆਰ ਸਿੰਘ ਹੈ ਸਾਨੂੰ ਬਹਾਦਰ ਸਿੰਘ ਅਬੋਰਦ ਹੈ ਉਹਨੇ ਦੱਸਣ ਮੁਤਾਬਕ ਵੀ ਕੀ ਕਹਿੰਦੇ ਨਾਮਿਨੇਟ ਕੀਤਾ ਰਸ਼ਪ੍ਰੀਤ ਸਿੰਘ ਇਹ ਰਸ਼ਪ੍ਰੀਤ ਸਨ ਆਫ ਹਾਂ ਹੈ ਕਹੇ ਜੀ ਹਰਪਾਲ ਸਿੰਘ ਚਾਉ ਮਾਜਰੇ ਤੋਂ 86 ਸੈਕਟਰ ਚ ਰਹਿੰਦਾ ਹਾਂ ਪਿਛਲਾ ਇਹਦੇ ਉਹ ਉਹ ਸਾਰਾ ਕੋਕ ਕਰਕੇ ਮੈਂ ਤੁਹਾਨੂੰ ਦੱਸੂਗਾ ਨਹੀਂ ਅਸੀਂ ਸੀਸੀਟੀਵੀ ਫੁਟੇਜ ਵੀ ਖੰਗਾਲੇ ਆ ਤੇ ਉਹ ਸਾਰਾ ਹਕੀਕਤ ਦੀ ਹੋਂਦ ਵਿੱਚ ਕਈ ਚੀਜ਼ਾਂ ਅਸੀਂ ਤੁਹਾਨੂੰ ਇਹਦੇ ਤੇ ਐਮਰੇ ਤੇ ਨਹੀਂ ਦੱਸ ਸਕਦੇ ਕਿਉਂਕਿ ਅਜੇ ਦੋਸ਼ੀ ਪਛਾਹ ਹੋਇਆ ਹੈ ਕੋਜ਼ ਆਫ ਟੈਕਸ ਐਸਫਿਕਸਿਆ ਡਿਊ ਟੂ ਸਟ੍ਰਾਂਗੂਲੇਸ਼ਨ ਹੈ ਉਧਰ ਮਤਲਬ ਖਲਾਅ ਘੋਟ ਕੇ ਮਾਰਨਾ ਹੈ ਉਧਰ ਡੇਰਾ ਡੇਰਾ ਬਸੀ ਦੇ ਵਿੱਚ ਤੈਨਾਤ ਲੇਡੀ ਐਸਆਈ ਅਫਸਰ ਦੇ ਉੱਪਰ ਇਲਜ਼ਾਮ ਲੱਗੇ ਨੇ ਕਿ ਉਸਨੇ ਰੇਪ ਪੀੜਤਾ ਤੋਂ 50000 ਰੁਪਏ ਰਿਸ਼ਵਤ ਲਈ ਹੈ ਇਸ ਦੀ ਬਕਾਇਦਾ ਤੌਰ ਦੇ ਉੱਪਰ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜੋ ਪੀੜਤ ਲੜਕੀ ਹੈ ਉਸ ਨੇ ਜਿਹੜੀ ਇੰਸਪੈਕਟਰ ਮਾਫ ਕਰਨਾ ਏਐਸਆਈ ਜੋ ਮੌਜੂਦ ਹੈ ਡੇਰਾ ਬਸਤੀ ਦੇ ਵਿੱਚ ਲੇਡੀਜ਼ ਏਐਸਆਈ ਹੈ ਤਾਂ ਉਹ ਪੀੜਤ ਲੜਕੀ ਦੇ ਘਰ ਜਾਂਦੀ ਹੈ ਰੁਪਈਆ ਦੀ ਮੰਗ ਕਰਦੀ ਹੈ ਤੇ ਪੈਸੇ ਫੜਦੇ ਹੋਏ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਉਂਦੀ ਹੈ ਇੱਕ ਵਾਰ ਤੁਸੀਂ ਸੀਸੀਟੀਵੀ ਫੁਟੇਜ ਵੀ ਦੇਖੋ ਤੇ ਨਾਲ ਦੀ ਨਾਲ ਕੀ ਬਿਆਨ ਦੇ ਰਹੇ ਨੇ ਇਹ ਵੀ ਸੁਣੋ ਇਸ ਵੀਡੀਓ ਵਾਇਰਲ ਹੋਣ ਦੀ ਸੋ ਮੋਟੋ ਕੌਗਨੀਸੈਂਸ ਲੈ ਕੇ ਇੱਕ ਪਰਚਾ ਦਰਜ ਕੀਤਾ ਹੈਗਾ ਐਫ ਆਈ ਆਰ ਨੰਬਰ 366/22 ਦਰਜ ਹੋ ਗਈ ਹੈ ਕੱਲ ਥਾਣਾ ਡੇਰਾ ਬਸੀ ਵਿਖੇ ਅੰਡਰ ਪ੍ਰੀਵੈਂਸ਼ਨ ਆਫ ਕ腐ਪਸ਼ਨ ਐਕਟ ਇਹ ਇਹ ਸਾਈ ਪ੍ਰਵੀਨ ਕੌਰ ਦੇ ਕਿ ਅਸੀਂ ਆਪਣੇ ਇਨਵੈਸਟੀਗੇਸ਼ਨ ਕਰਾਂਗੇ ਤੇ ਜਲਦੀ ਇਹਦੀ ਅਰੈਸਟ ਪਾਵਾਂਗੇ। ਭਾਜੀ ਇਹ ਗੱਲ ਡੂੰਘਾਈ ਵਿੱਚ ਅਸੀਂ ਇਨਵੈਸਟੀਗੇਟ ਕਰਾਂਗੇ। ਬਾਕੀ ਸਾਰੇ ਫੈਕਟ ਜਿਵੇਂ ਆਣਗੇ ਉਹ ਤੁਹਾਨੂੰ ਦੱਸ ਦਾਂਗੇ। ਬਾਕੀ ਇਹ ਹੈਗਾ ਕਿ ਇਹ ਡੇਰਾਬਸੀ ਪੁਲਿਸ ਸਟੇਸ਼ਨ ਵਿਖੇ ਇਹ ਕੰਮ ਕਰ ਰਹੇ ਸੀਗੇ ਤੇ ਇਹਨਾਂ ਨੂੰ ਤਕਰੀਬਨ ਜੂਨ ਜੁਲਾਈ ਵਿੱਚ ਇਹਨਾਂ ਨੂੰ ਪੁਲਿਸ ਲਾਈਨਸ ਵਿੱਚ ਟਰਾਂਸਫਰ ਕੀਤਾ ਗਿਆ ਸੀ। ਉਧਰ ਪੰਜਾਬ ਸਰਕਾਰ ਵੱਲੋਂ ਇੱਕ ਆਨੰਦ ਮੈਰਿਜ ਐਕਟ ਨੂੰ ਲੈ ਕੇ ਜੋ ਬਦਲਾਅ ਕਰਨ ਦੇ ਦਾਅਵੇ ਕੀਤੇ ਗਏ ਸੀ ਤਾਂ ਉਸ ਦੇ ਵਿੱਚ ਹੁਣ ਇਸ ਦੀ ਸ਼ੁਰੂਆਤ ਜਿਹੜੀ ਹੈ ਹੌਲੀ-ਹੌਲੀ ਦੇਖਣ ਨੂੰ ਮਿਲ ਰਹੀ ਹੈ। ਤਾਂ ਸਰਕਾਰ ਨੇ ਇਸ ਦੇ ਜੋ ਪੜਾਦਰ ਪੜਾ ਇਸ ਨੂੰ ਹੋਰ ਆਸਾਨ ਬਣਾਉਣ ਦਾ ਸੰਕਲਪ ਲਿਆ ਹੋਇਆ ਤਾਂ ਉਸ ਦੇ ਤਹਿਤ ਅੱਜ ਇੱਕ ਇਸ ਦੇ ਵਿੱਚ ਵੱਡਾ ਜਿਹੜਾ ਬਦਲਾਅ ਦੇਖਣ ਦੀ ਜਿਹੜੀ ਉਮੀਦ ਹੈ ਕਿ ਹੁਣ ਪਹਿਲਾਂ ਕੀ ਹੁੰਦਾ ਸੀ ਕਿ ਇਸ ਦੇ ਵਿੱਚ ਕਾਫੀ ਮੁਸ਼ਕਲਾਂ ਆਉਂਦੀਆਂ ਸੀ ਰਜਿਸਟ੍ਰੇਸ਼ਨ ਕਰਨ ਦੇ ਲਈ ਜਿਸ ਜਗ੍ਹਾ ਦੇ ਉੱਪਰ ਜਿਸ ਥਾਂ ਦੇ ਉੱਪਰ ਜਿਸ ਸ਼ਹਿਰ ਦੇ ਵਿੱਚ ਜਾਂ ਪਿੰਡ ਦੇ ਵਿੱਚ ਵਿਆਹ ਹੁੰਦਾ ਸੀ ਤਾਂ ਉੱਥੇ ਹੀ ਰਜਿਸਟ੍ਰੇਸ਼ਨ ਕਰਵਾਉਣੀ ਲਾਜ਼ਮੀ ਹੁੰਦੀ ਸੀ ਤਾਂ ਹੁਣ ਸਰਕਾਰ ਨੇ ਇਸ ਸ਼ਰਤ ਨੂੰ ਖਤਮ ਕਰਨ ਜਾ ਰਹੀ ਹੈ ਇਸ ਦੇ ਵਿੱਚ ਹੁਣ ਇਹ ਹੋਵੇਗਾ ਕਿ ਲੜਕਾ ਜਾਂ ਲੜਕੀ ਇਹਨਾਂ ਦੇ ਮੈਰਿਜ ਕਿਸੇ ਵੀ ਸ਼ਹਿਰ ਜਾਂ ਕਿਸੇ ਵੀ ਪਿੰਡ ਦੇ ਵਿੱਚ ਹੁੰਦੀ ਹੈ ਤਾਂ ਲੜਕਾ ਜਾਂ ਲੜਕੀ ਆਪਣੇ ਜੱਦੀ ਸ਼ਹਿਰ ਆਪਣੇ ਜੱਦੀ ਪਿੰਡ ਦੇ ਵਿੱਚ ਇਸ ਦੀ ਰਜਿਸਟ੍ਰੇਸ਼ਨ ਕਰਵਾ ਸਕਦੇ ਨੇ ਤਾਂ ਆਉਣ ਵਾਲੀ ਵਿਧਾਨ ਸਭਾ ਮਾਫ ਕਰਨਾ ਆਉਣ ਵਾਲੀਆਂ ਕੈਬਨਟ ਦੀ ਮੀਟਿੰਗ ਦੇ ਵਿੱਚ ਇਸ ਸੰਬੰਧੀ ਵੱਡਾ ਫੈਸਲਾ ਲਿਆ ਜਾ ਸਕਦਾ ਔਰ ਜੇਕਰ ਦੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਅਨੰਦ ਮੈਰਿਜ ਐਕਟ ਜਿਹੜਾ ਹੈ ਉਹ ਰਜਿਸਟ੍ਰੇਸ਼ਨ ਨੂੰ ਲੈ ਕੇ ਹਾਲਾਂਕਿ ਅਕਾਲੀ ਦਲ ਦੀ ਸਰਕਾਰ ਸਮੇਂ ਅਕਾਲੀ ਭਾਜਪਾ ਦੀ ਸਰਕਾਰ ਸਮੇਂ 2016 ਦੇ ਵਿੱਚ ਇਹ ਲਾਗੂ ਕਰ ਦਿੱਤਾ ਗਿਆ ਸੀ ਪਰ ਇਸ ਦੇ ਵਿੱਚ ਜਦੋਂ ਵਿਦੇਸ਼ ਦੇ ਵਿੱਚ ਕੋਈ ਜਦੋਂ ਜੋੜਾ ਜਾਂਦਾ ਸੀ ਤਾਂ ਉਸ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਕਿਉਂਕਿ Hindu Marriage Act ਦੇ ਤਹਿਤ ਅਧੀਨ ਜਿਹੜਾ ਹੈ ਇਹ ਰਜਿਸਟ੍ਰੇਸ਼ਨ ਹੁੰਦੀ ਸੀ ਤਾਂ ਫਿਰ ਵਿਦੇਸ਼ ਚ ਜਾ ਕੇ ਆਪਣੇ ਆਪ ਨੂੰ ਇਸ ਸਾਬਿਤ ਕਰਨ ਦੇ ਵਿੱਚ ਕਾਫੀ ਔਖ ਹੁੰਦੀ ਸੀ ਕਿ ਸਾਡਾ ਜਿਹੜਾ ਸਿੱਖ ਰੀਤੀ ਰਿਵਾਜਾਂ ਦੇ ਮੁਤਾਬਕ ਜੋ ਸਾਡਾ ਮੈਰਿਜ ਰਜਿਸਟਰ ਆ ਤਾਂ ਅਜਿਹੇ ਵਿਚਾਲੇ ਜੇਕਰ ਅਸੀਂ ਪੂਰੇ ਹੁਣ ਤੱਕ ਦੇ ਅੰਕੜੇ ਦੇਖੀਏ ਤਾਂ ਪਿਛਲੇ 6 ਸਾਲਾਂ ਦੇ ਵਿੱਚ ਸਿਰਫ 7000 ਹੀ ਅਨੰਦ ਮੈਰਿਜ ਜਿਹੜੇ ਪੰਜਾਬ ਦੇ ਵਿੱਚ ਰਜਿਸਟਰ ਹੋਏ ਨੇ ਤਾਂ ਹੁਣ ਪੰਜਾਬ ਸਰਕਾਰ ਵੱਲੋਂ ਵੱਡਾ ਦਾਵਾ ਕੀਤਾ ਗਿਆ ਔਰ ਇਹ ਜਿਹੜਾ ਹੈ ਦਾਵਾ ਹੁਣ ਕੈਬਨਟ ਦੀ ਇਸ ਨੂੰ ਮਨਜ਼ੂਰੀ ਮਿਲ ਸਕਦੀ ਹੈ ਆਉਣ ਵਾਲੀ ਕੈਬਨਟ ਦੀ ਮੀਟਿੰਗ ਦੇ ਵਿੱਚ ਕਿ ਲੜਕਾ ਜਾਂ ਲੜਕੀ ਆਪਣੇ ਜੱਦੀ ਪਿੰਡ ਦੇ ਵਿੱਚ ਕਿਤੇ ਵੀ ਰਜਿਸਟ੍ਰੇਸ਼ਨ ਕਰਵਾ ਸਕਦੇ ਨੇ ਤਾਂ ਉਧਰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਅੱਜ ਮੀਟਿੰਗ ਹੋਈ ਹੈ ਤੇ ਇਸ ਦੇ ਵਿੱਚ ਕਈ ਵੱਡੇ ਫੈਸਲੇ ਲਏ ਗਏ ਤੇ ਸਭ ਤੋਂ ਪਹਿਲਾਂ ਜੋ ਕੇਂਦਰ ਸਰਕਾਰ ਵੱਲੋਂ ਖਾਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਛੋਟੇ ਸਹਿਬਜ਼ਾਦਿਆਂ ਦੇ ਸ਼ਹੀਦੀ ਸਮਾਗਮ ਨੂੰ ਜੋ ਨਾਮ ਦਿੱਤਾ ਗਿਆ ਸੀ ਵੀਰਬਾਲ ਦਿਵਸ ਪਰ ਇਸ ਨੂੰ ਹੁਣ ਸ਼੍ਰੋਮਣੀ ਕਮੇਟੀ ਨੇ ਇਸ ਦੇ ਉੱਪਰ ਇਤਰਾਜ਼ ਜਤਾਇਆ ਔਰ ਪ੍ਰਧਾਨ ਧਾਮੀ ਨੇ ਕਿਹਾ ਕਿ ਸਰਕਾਰ ਅਜਿਹੇ ਜਿਹੜੇ ਆ ਉਹ ਫੈਸਲੇ ਨਾ ਕਰੇ ਜਿੱਦ ਨਾ ਕਰੇ ਵੀਰਬਾਲ ਦਿਵਸ ਨਾਮ ਮਨਾਵੇ ਹੋਰ ਕੀ ਕਹਿ ਰਹੇ ਨੇ ਇੱਕ ਵਾਰ ਸੁਣਦੇ ਆ ਮੀਡੀਆ ਦੇ ਵਿੱਚ ਬਹੁਤ ਵੱਡਾ ਲੱਗਾ ਕਿ ਵੀਰਬਾਲ ਦਿਵਸ ਜਿਹੜਾ ਸੋਤੇ ਸਾਹਿਬ ਜਦਿਆਂ ਦੇ ਸ਼ਹੀਦੀ ਜੋੜ ਮੇਲੇ ਤੇ ਮਨਾਇਆ ਜਾਊਗਾ ਅਸੀਂ ਪਹਿਲਾਂ ਵੀ ਪਿਛਲੇ ਕੈਕਟਰ ਤੋਂ ਵੀ ਇਹ ਫੈਸਲਾ ਕੀਤਾ ਸੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਵੱਲੋਂ ਹੁਕਮ ਵੀ ਆਇਆ ਸੀ ਕਿ ਇਹਨੂੰ ਸਹਿਬ ਜਾਦੇ ਸ਼ਹਾਦਤ ਦਿਵਸ ਤੋਂ ਮਨਾਇਆ ਜਾਵੇ ਮੈਂ ਅੱਜ ਵੀ ਭਾਰਤ ਸਰਕਾਰ ਤੋਂ ਤੇ ਵੱਖ-ਵੱਖ ਸਕੇਤਾਂ ਦੀਆਂ ਸਰਕਾਰਾਂ ਜਿਹਨੀਆਂ ਮਨਾਉਣ ਦਾ ਯਤਨ ਕੀਤਾ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਇਹ ਸਾਡਾ ਮਹਾਨ ਦੇਸਾ ਇਹ ਗੁਰੂ ਸਾਹਿਬਾਨ ਦੇ ਨਾਲ ਸੰਬੰਧਤ ਸਾਡੇ ਸਾਹਿਬ ਜਾਨਦੇ ਆ ਇਹਦੇ ਵਿੱਚ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੁਭੋਚੀਆਂ ਸਿੱਖ ਸੰਗਤਾਂ ਨੂੰ ਅਧਿਕਾਰਿਆ ਕਿ ਆਪਣੇ ਸ਼ਹੀਦਾਂ ਪ੍ਰਤੀ ਉਹਨਾਂ ਦੇ ਦਿੱਲਸ ਕਿਵੇਂ ਮਨਾਉਣੇ ਆ ਤੇ ਉਹਨਾਂ ਦੇ ਨਾਂ ਕਿਵੇਂ ਰੱਖਣੇ ਆ ਇਸ ਕਰਕੇ ਸਰਕਾਰ ਨੂੰ ਜੇਦ ਨਹੀਂ ਕਰਨੀ ਚਾਹੀਦੀ ਤਾਂ ਉਧਰ ਪਾਸੇ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੱਲੋਂ ਇਹ ਫੈਸਲਾ ਕੀਤਾ ਗਿਆ ਕਮੇਟੀ ਨੇ ਇਹ ਫੈਸਲਾ ਲਿਆ ਕਿ ਵਿਦਿਆਕ ادارے ਅਤੇ ਗੁਰਦੁਆਰਿਆਂ ਦੇ ਵਿੱਚ ਹੁਣ ਹਰ ਇੱਕ ਨੂੰ ਸਰੂਪਾ ਜਿਹੜਾ ਹੈ ਉਹ ਨਹੀਂ ਦਿੱਤਾ ਜਾਵੇਗਾ ਸਿਰਫ ਜਿਹੜਾ ਹੈ ਸਰੂਪਾ ਦੇਣਾ ਹੁਣ ਬੰਦ ਹੋ ਜਾਵੇਗਾ ਤੇ ਇਹਨਾਂ ਦੇ ਵਿੱਚ ਜਿਹੜੀ ਵਿਸ਼ੇਸ਼ ਹਸਤੀਆਂ ਹੋਣਗੀਆਂ ਉਹਨਾਂ ਨੂੰ ਹੀ ਸਿਰਫ ਸਨਮਾਨਿਤ ਕੀਤਾ ਜਾਵੇਗਾ ਸਰੂਪੇ ਦੇ ਨਾਲ ਤੇ ਨਾਲ ਦੀ ਨਾਲ ਜਿਹੜੇ ਵਿਦਿਅਕ ادارے ਹੈਗੇ ਨੇ ਇਹਨਾਂ ਦੇ ਵਿੱਚ ਹੁਣ ਸਨਮਾਨਿਤ ਕਰਨ ਦੇ ਲਈ ਪੁਸਤਕਾਂ ਦਿੱਤੀਆਂ ਜਾਣਗੀਆਂ ਤੇ ਇਸ ਤੋਂ ਇਲਾਵਾ ਹੋਰ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਵੀ ਵੱਡਾ ਫੈਸਲਾ ਕੀਤਾ ਗਿਆ ਕਿ 1 ਦਸੰਬਰ ਤੋਂ ਜਿਹੜੇ ਹੈ ਉਹ ਦੇਸ਼ ਪੱਧਰ ਦੇ ਉੱਪਰ ਦਸਤਕਤ ਮੁਹਿੰਮ ਛੇੜੀ ਜਾਵੇਗੀ ਤੇ ਨਾਲ ਦੀ ਨਾਲ ਹੋਰ ਕੀ ਕੁਝ ਫੈਸਲੇ ਲਏ ਨੇ ਔਰ ਇਸ ਬਾਰੇ ਵੀ ਇੱਕ ਵਾਰ ਅਸੀਂ ਸੁਣਦੇ ਹਾਂ ਪ੍ਰਧਾਨਤਾਮੀ ਦੇ ਹਵਾਲੇ ਤੋਂ ਉਹ 1 ਦਸੰਬਰ 2022 ਤੋਂ ਸਾਰੇ ਭਾਰਤ ਵਰਸ਼ ਉਹ ਪਰਫਾਰਮੈਂਸ ਭਰਉਣ ਦਾ ਜਿਹੜਾ ਉਹ ਕਾਰਜ ਸ਼ੁਰੂ ਕੀਤਾ ਜਾਊਗਾ ਭਾਰਤ ਵਰਸ਼ ਭਾਵ ਭਾਵ ਜਿੰਨੇ ਸਾਡੇ ਬਾਹਰਲੇ ਮਿਸ਼ਨ ਆ ਉਹ ਸਾਰੇ ਮਿਸ਼ਨ ਵੀ ਤੇ ਚੇਚੇ ਤੌਰ ਤੇ ਪੰਜਾਬ ਦੇ ਵਿੱਚ ਉਹਨਾਂ ਦੇ ਬਾਵਤ ਹਰੇਕ ਨਗਰ ਦੇ ਵਿੱਚ ਹਰੇਕ ਗੁਰਦੁਆਰੇ ਦੇ ਵਿੱਚ ਹਰੇਕ ਜਿਹੜੇ ਸ਼ੌਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਆਧਾਰਿਆਂ ਤੋਂ ਇਲਾਵਾ ਹੋਰ ਵੀ ادارے ਆ ਐਜੂਕੇਸ਼ਨ ਅਸੀਂ ਉਹ ਵੀ ਸਾਰੇ ਜਿਹੜੇ ਆ ਪੜ੍ਹਾਏ ਜਾਣਗੇ ਇਹ ਬੜਾ ਸੌਖਾ ਜਿਹਾ ਤਰੀਕਾ ਅਸੀਂ ਬਣਾਇਆ ਉਹਦੇ ਵਿੱਚ ਸਿਰਫ ਉਹਨੇ ਆਪਣਾ ਨਾਮ ਭਰਨਾ ਬੱਚੇ ਦਾ ਨਾਮ ਤੇ ਐਡਰੈਸ ਤੇ ਆਪਣਾ ਮੋਬਾਈਲ ਨੰਬਰ ਤੇ ਸਿੱਖ ਕਾਇਦੀਆਂ ਪ੍ਰਤੀ ਜਿਹੜਾ ਵੀਰਾਪਤੀ ਆਪਣੀ ਬਚਨਬੱਧਤਾ ਤੇ ਮੈਂ ਇਹਦੇ ਨਾਲ ਸਹਿਮਤ ਹਾਂ ਉਹ ਅਗਲੀ ਬਿਜਟਾਈਲੇਸ਼ਨ ਵੀ ਕਰਾਂਗੇ ਉਹਦੀ ਸਾਰੀ ਤਾਂ ਕਿ ਉਹਦਾ ਰਿਕਾਰਡ ਵੀ ਸਾਡੇ ਕੋਲ ਰਹਿ ਜਾਵੇ ਤਾਂ ਉਧਰ ਸ਼ਰਮਨੀ ਗੁਰਦਾਰ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹੈੱਡ ਗ੍ਰੰਥੀ ਜਿਹੜੇ ਬਦਲ ਦਿੱਤੇ ਗਏ ਨੇ ਹੈੱਡ ਗ੍ਰੰਥੀ ਜੋ ਮੌਜੂਦ ਸੀ ਜਗਤਾਰ ਸਿੰਘ ਉਹਨਾਂ ਨੂੰ ਅਹੁਦੇ ਤੋਂ ਸੇਵਾਮੁਕਤ ਕਰ ਦਿੱਤਾ ਗਿਆ ਜਗਤਾਰ ਸਿੰਘ ਨੂੰ ਮੁਕਤ ਕੀਤਾ ਗਿਆ ਜਿਹੜਾ ਇਹ ਸੇਵਾਮੁਕਤ ਕੀਤਾ ਗਿਆ ਉਹਦੇ ਤੋਂ ਤਾਂ ਦੂਸਰੇ ਪਾਸੇ ਜਿਹੜੀ ਹੁਣ ਨਵੇਂ ਜਿਹੜੀ ਉਹਨਾਂ ਦੀ ਜਗ੍ਹੀ ਚੋਣ ਹੋਈ ਹੈ ਉਹ ਵੀ ਜਗਤਾਰ ਸਿੰਘ ਲੁਧਿਆਣਾ ਵਾਲੇ ਨੇ ਜਗਤਾਰ ਸਿੰਘ ਜਿਹੜੇ ਇੱਕ ਸੀ ਤਾਂ ਹੁਣ ਦੂਸਰੇ ਲੁਧਿਆਣਾ ਵਾਲੇ ਜਿਹੜੇ ਜੁਗਤਾਰ ਸਿੰਘ ਤਾਂ ਉਹਨਾਂ ਦੀ ਜਗਤਾਰ ਸਿੰਘ ਉਹਨਾਂ ਦੀ ਹੁਣ ਕਾਰਜਕਾਰੀ ਹੈੱਡ ਗ੍ਰੰਥੀ ਵਜੋਂ ਜਿਹੜੀ ਹੈ ਚੋਣ ਕੀਤੀ ਗਈ ਹੈ ਉਹਨਾਂ ਨੂੰ ਸੇਵਾ ਸੌਂਪੀ ਗਈ ਹੈ ਜੇਕਰ ਦੇਖਿਆ ਜਾਵੇ ਤਾਂ ਮੌਜੂਦਾ ਜੋ ਮੌਜੂਦਾ ਸਮੇਂ ਦੇ ਵਿੱਚ ਹੈੱਡ ਗ੍ਰੰਥੀ ਸੀ ਜਗਤਾਰ ਸਿੰਘ ਉਹਨਾਂ ਦੇ ਉੱਪਰ ਕਾਫੀ ਵਿਵਾਦ ਦੇਖਣ ਨੂੰ ਮਿਲਿਆ ਰਾਗੀ ਜਿਹੜੇ ਹੈਗੇ ਨੇ ਰਾਗੀ ਸਿੰਘ ਲਗਾਤਾਰ ਉਹਨਾਂ ਦੇ ਉੱਪਰ ਸਵਾਲ ਉਠਦੇ ਖੜੇ ਕਰਦੇ ਰਹੇ ਨੇ ਕਿ ਸਾਨੂੰ ਜਿਹੜਾ ਹੈ ਉਹ ਰਾਗੀ ਸਿੰਘ ਕਹਿ ਰਹੇ ਨੇ ਅਕਾਲੀ ਦਲ ਜਿਹੜਾ ਮਾਫ ਕਰਨਾ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਵੀ ਇਹਨਾਂ ਨੇ ਜਿਹੜੇ ਹੈ ਉਹ ਜਗਤਾਰ ਸਿੰਘ ਹੈੱਡ ਗ੍ਰੰਥੀ ਦੀ ਸ਼ਿਕਾਇਤ ਕਿ ਕਿ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਤੇ ਇਸ ਕਰਕੇ ਕਾਰਵਾਈ ਕੀਤੀ ਜਾਵੇ ਤਾਂ ਹੁਣ ਜਿਹੜਾ ਹੈ ਧਾਮੀ ਵੱਲੋਂ ਜਿਹੜਾ ਇਹਨਾਂ ਦੀ ਸੇਵਾ ਜਿਹੜੀ ਹੈ ਉਹਦੇ ਤੋਂ ਇਹਨਾਂ ਨੂੰ ਜਿਹੜਾ ਸੇਵਾ ਮੁਕਤ ਕਰ ਦਿੱਤਾ ਗਿਆ ਪੰਜਾਬ ਸਰਕਾਰ ਵੱਲੋਂ ਦਾਵਾ ਕੀਤਾ ਗਿਆ ਕਿ ਪੰਜਾਬ ਦੇ ਵਿੱਚ ਜਿਹੜੀਆਂ ਲਵਾਰਸ ਪਈਆਂ ਹੋਈਆਂ 128000 ਦੇ ਕਰੀਬ 128000 ਏਕੜ ਦੇ ਕਰੀਬ ਅਸੀਂ ਪੰਚਾਇਤੀ ਜ਼ਮੀਨ ਜਿਹੜੀਆਂ ਉਹ ਲਭੀਆਂ ਨੇ ਤਾਂ ਇਹਨਾਂ ਦੇ ਵਿੱਚ 43000 ਵਾਹੀਯੋਗ ਜ਼ਮੀਨ ਹੈ ਇਹ ਜਿਹੜੀਆਂ ਇਹ ਲਵਾਰਸ ਪਈਆਂ ਹੋਈਆਂ ਸੀ ਤਾਂ ਹੁਣ 43000 ਵਾਹੀਯੋਗ ਜ਼ਮੀਨ ਨੂੰ ਜਿਹੜਾ ਹੈ ਉਹ ਛੇਤੀ ਇਹਨਾਂ ਦੇ ਕਬਜ਼ੇ ਲੈ ਜਾਣਗੇ 128000 ਦੇ ਵਿੱਚ ਹਾਲਾਂਕਿ ਦੂਸਰੇ ਪਾਸੇ ਜੇਕਰ ਦੇਖਿਆ ਜਾਵੇ ਤਾਂ ਪੰਜਾਬ ਸਰਕਾਰ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਪੰਚਾਇਤੀ ਜਿਹੜੀਆਂ ਸ਼ਾਮਲਾ ਜ਼ਮੀਨਾਂ ਹੈਗੀਆਂ ਪਿੰਡਾਂ ਦੇ ਵਿੱਚ ਉਹਨਾਂ ਦੇ ਜਿਹੜੇ ਕਬਜ਼ੇ ਹੈਗੇ ਨੇ ਉਹ ਪੰਚਾਇਤਾਂ ਨੂੰ ਦੇ ਦਿੱਤੇ ਜਾਣਗੇ ਤੇ ਇਸ ਬਿਆਨ ਦੇ ਉੱਪਰ ਵਿਰੋਧੀਆਂ ਵੱਲੋਂ ਲਗਾਤਾਰ ਸਵਾਲ ਉਠਾਏ ਜਾ ਰਹੇ ਸਨ ਦਿੱਲੀ 'ਚ ਸ਼ਰਦਾ ਮਰਡਰ ਕੇਸ ਮਾਮਲੇ ਦੇ ਵਿੱਚ ਦਿੱਲੀ ਪੁਲਿਸ ਨੂੰ ਅਫਤਾਬ ਦਾ 4 ਦਿਨਾਂ ਦਾ ਹੋਰ ਰਿਮਾਂਡ ਮਿਲ ਚੁੱਕਿਆ ਅੱਜ 5 ਦਿਨਾਂ ਦਾ ਰਿਮਾਂਡ ਸੀ ਉਹ ਖਤਮ ਹੋ ਗਿਆ ਜਿਸ ਤੋਂ ਬਾਅਦ ਕੋਰਟ ਦੇ ਵਿੱਚ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਪੇਸ਼ ਕੀਤਾ ਗਿਆ ਤੇ ਨਾਲ ਦੀ ਨਾਲ ਅਦਾਲਤ ਨੇ ਇਸ ਮਾਮਲੇ ਦੇ ਵਿੱਚ ਹੁਣ ਅਫਤਾਬ ਯਾਨੀ ਕਿ ਮੁਲਜ਼ਮ ਦੇ ਪਰਿਵਾਰ ਨੂੰ ਉਸ ਦੇ ਨਾਲ ਮਿਲਣ ਦੀ ਵੀ ਪਰਮਿਸ਼ਨ ਦੇ ਦਿੱਤੀ ਹੈ ਤੇ ਨਾਲ ਦੀ ਨਾਲ ਜੋ ਸੂਤਰਾਂ ਤੋਂ ਹਵਾਲੇ ਤੋਂ ਖਬਰ ਹੈ ਕਿ ਜਿਹੜਾ ਹੁਣ ਅੱਜ ਮੰਗਲਵਾਰ ਸ਼ਾਮ ਨੂੰ ਪੋਲੀਗ੍ਰਾਫੀ ਟੈਸਟ ਵੀ ਉਸ ਦਾ ਸ਼ੁਰੂ ਹੋ ਗਿਆ ਸੀ ਹਫਤਾਬਦਤ ਹੁਣ ਇਸ ਤੋਂ ਬਾਅਦ ਰਿਪੋਰਟ ਕੀ ਆਉਂਦੀ ਹੈ ਤੇ ਉਸ ਆਧਾਰ ਦੇ ਉੱਪਰ ਇਸ ਦਾ ਜਿਹੜਾ ਹੈ ਉਹ ਨਾਰਕੋ ਟੈਸਟ ਕੀਤਾ ਜਾਵੇਗਾ ਤਾਂ ਦਿੱਲੀ ਪੁਲਿਸ ਹੁਣ ਤੱਕ ਇਸ ਮਾਮਲੇ ਦੇ ਵਿੱਚ ਜ਼ਿਆਦਾ ਉਗਾਲ ਨਹੀਂ ਸકી ਉਸ ਤੋਂ ਕਿਉਂਕਿ तकरीबन 1 ਮਹੀਨਾ ਬੀਤ ਚੁਕਿਆ ਅਫਤਾਬ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ ਹਾਲੇ ਤੱਕ ਅਫਤਾਬ ਨੇ ਸਿਰਫ ਅਦਾਲਤ ਦੇ ਅੰਦਰ ਆਪਣਾ ਜ਼ੁਰਮ ਕਬੂਲਿਆ ਸੀ ਕਿ ਕਤਲ ਕੀਤਾ ਹੈ ਪਰ ਵਕੀਲ ਨੇ ਬਾਹਰ ਆ ਕੇ ਅਫਤਾਬ ਦੇ ਵਕੀਲ ਨੇ ਬਾਹਰ ਆ ਕੇ ਇਸ ਨੂੰ ਸਿਰਫ ਮਹਿਜ਼ ਅਫਵਾਹਾਂ ਦੱਸਿਆ ਸੀ ਤੇ ਕਿਹਾ ਸੀ ਕਿ ਉਸਦੇ ਜਿਹੜਾ ਅਫਤਾਬ ਨੇ ਹਾਲੇ ਤੱਕ ਆਪਣਾ ਜ਼ੁਰਮ ਨਹੀਂ ਕਬੂਲਿਆ ਤਾਂ ਹੁਣ ਦਿੱਲੀ ਸਾਨੂੰ ਹਫਤਾਬ ਦਾ 5 ਦਿਨਾਂ ਦਾ ਰਿਮਾਂਡ ਹੋਰ ਮਿਲ ਚੁਕਿਆ ਤਾਂ ਤਕਰੀਬਨ ਦੇਖਿਆ ਜਾਵੇ ਤਾਂ ਜਿਹੜਾ ਹੈ ਹੁਣ ਤੱਕ ਦਿੱਲੀ ਪੁਲਿਸ ਨੂੰ ਜਿਹੜਾ ਬਾਥਰੂਮ ਦੀ ਟਾਈਲਾਂ ਤੋਂ ਸਬੂਤ ਵੱਡੇ ਮਿਲੇ ਨੇ ਤਾਂ ਫੋਰੈਂਸਿਕ ਮਾਰਾ ਨੇ ਸਬੂਤ ਹਾਸਲ ਕਰ ਲਿਆ ਸਬੂਤ ਕੀ ਹੈ ਕਿ ਇਹਨਾਂ ਵਿੱਚ ਅਜੇ ਤੱਕ ਦੱਸਿਆ ਨਹੀਂ ਗਿਆ ਇਹ ਸਿਰਫ ਇੰਨੀ ਜਾਣਕਾਰੀ ਸਾਡੇ ਤੱਕ ਪਹੁੰਚੀ ਹੈ ਕਿ ਬਾਥਰੂਮ ਦੇ ਟਾਈਲਾਂ ਚੋਂ ਕੋਈ ਸਬੂਤ ਉਹਨਾਂ ਤੱਕ ਪਹੁੰਚੇ ਨੇ ਤਾਂ ਇਸ ਤੋਂ ਪਹਿਲਾਂ ਖੂਨ ਦੇ ਨਿਸ਼ਾਨ ਵੀ ਬ੍ਰਮਧ ਹੋਈ ਸੀ ਤਾਂ ਹੁਣ ਉਸ ਦੀ ਰਿਪੋਰਟ ਭੇਜੀ ਗਈ ਹੈ ਤੇ ਇਸ ਰਿਪੋਰਟ ਨੂੰ ਆਉਣ ਨੂੰ ਤਕਰੀਬਨ 2 ਹਫ਼ਤੇ ਲੱਗਣੇ ਨੇ ਤਾਂ ਦਿੱਲੀ ਦੇ ਵਿੱਚ ਸ਼ਰਦਾ ਨਾਮ ਦੀ ਲੜਕੀ ਦਾ ਕਤਲ ਕਰ ਦਿੱਤਾ ਜਾਂਦਾ ਅਫਤਾਬ ਵੱਲੋਂ ਔਰ ਕਤਲ ਇਨਾ ਬੇਰਹਿਮੀ ਨਾਲ ਕੀਤਾ ਜਾਂਦਾ ਕਿ ਉਸਦੇ ਸਰੀਰ ਦੇ 35 ਟੁਕੜੇ ਕੀਤੇ ਜਾਂਦੇ ਆ 35 ਟੁਕੜੇ ਕਰਕੇ ਉਸ ਨੂੰ ਫ੍ਰਿਜ ਦੇ ਵਿੱਚ ਰੱਖਿਆ ਜਾਂਦਾ 18 ਦਿਨ ਲਗਾਤਾਰ ਰੱਖਿਆ ਜਾਂਦਾ ਤੇ ਇੱਕ ਇੱਕ ਕਰਕੇ ਦਿੱਲੀ ਦੇ ਕੋਨੇ-ਕੋਨੇ ਚੱਪੇ-ਚੱਪੇ ਤੇ ਉਸ ਨੂੰ ਜਿਹੜਾ ਹੈ ਦੂਰ-ਦਰਾਡੇ ਸੁੱਟ ਕੇ ਉਸ ਨੂੰ ਜਿਹੜਾ ਹੈ ਲਾਸ਼ ਨੂੰ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਇਸ ਤੋਂ ਬਾਅਦ ਫਿਰ ਜਦੋਂ ਇਸ ਮਾਮਲੇ ਦੀਆਂ ਪਰਤਾਂ ਖੁੱਲਦੀਆਂ ਨੇ ਤੇ ਅਫਤਾਬ ਦਾ ਇਸ ਦੇ ਵਿੱਚ ਸਾਹਮਣੇ ਰੋਲ ਆਉਂਦਾ ਤਾਂ ਉਸਨੇ ਆਪਣਾ ਜਿਹੜਾ ਹੈ ਮੰਨਿਆ ਵੀ ਕੀ ਉਸਨੇ ਕਤਲ ਕੀਤਾ ਤੇ ਨਿਸ਼ਾਨਦੇਹੀ ਵੀ ਕੀਤੀ ਜਿਸ ਤੋਂ ਬਾਅਦ ਜਿਹੜੇ ਬਾਡੀ ਪਾਰਟ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਨੇ ਹਾਲਾਂਕਿ ਪੁਲਿਸ ਨੂੰ ਕ੍ਰਾਈਮ ਦੇ ਵਿੱਚ ਵਰਤਿਆ ਗਿਆ ਹਥਿਆਰ ਉਹ ਨਹੀਂ ਬਰਾਮਦ ਹੋ ਸਕਿਆ ਦਿੱਲੀ ਦੀ ਤਿਹਾਰ ਜੇਲ੍ਹ ਦੇ ਵਿੱਚ ਬੰਦ ਕੇਜਰੀਵਾਲ ਦੇ ਮੰਤਰੀ ਸਤੇਂਦਰ ਜੈਨ ਦੀ ਜਿਹੜੀ ਇੱਕ ਵੀਡੀਓ ਕੱਲ ਕਾਫੀ ਵਾਇਰਲ ਹੋਈ ਸੀ ਕਿ ਉਹ ਮਾਲਿਸ਼ ਕਰਵਾ ਰਿਹਾ ਮ사ਜ ਕਰਵਾ ਰਿਹਾ ਤਾਂ ਇਸ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਦਾ ਦਾਵਾ ਸੀ ਕਿ ਜੋ ਸਤੇਂਦਰ ਜੈਨ ਹੈਗਾ ਉਸਦੇ ਸੱਟ ਲੱਗੀ ਹੋਈ ਸੀ ਤੇ ਸੱਟ ਲੱਗਣ ਦੀ ਵਜ੍ਹਾ ਕਰਕੇ ਉਸਦੀ ਫਿਜ਼ੀਓਥੈਰੇਪੀ ਚੱਲ ਰਹੀ ਸੀ ਤੇ ਉਸਦਾ ਇਲਾਜ ਚੱਲ ਰਿਹਾ ਤਾਂ ਹੁਣ ਦੂਸਰੇ ਪਾਸੇ ਇੱਕ ਖਬਰ ਲੀਕ ਹੋਈ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਜੋ ਵੀਡੀਓ ਦੇ ਵਿੱਚ ਮ사ਜ ਕਰ ਰਿਹਾ ਉਸਦੀ ਥੈਰੇਪੀ ਕਰ ਰਿਹਾ ਉਹ ਕੋਈ ਥੈਰੇਪਿਸਟ ਨਹੀਂ ਹੈ ਉਹ ਇੱਕ ਰੇਪ ਮਾਮਲੇ ਦਾ ਦੋਸ਼ੀ ਹੈ ਤੇ ਤਿਹਾਰ ਜੇਲ੍ਹ ਦੇ ਵਿੱਚ ਬੰਦ ਹੈ ਤਾਂ ਉਸਦੇ ਨਾਮ ਰਿੰਕੂ ਹੈ ਜੋ ਰਿਪ ਕੇਸ ਮਾਮਲੇ ਦੇ ਵਿੱਚ ਉੱਥੇ ਪਹੁੰਚਿਆ ਹੋਇਆ ਤਾਂ ਹੁਣ ਸਵਾਲ ਖੜੇ ਹੁੰਦੇ ਨੇ ਕਿ ਇਹ ਜਾਣਕਾਰੀ ਵੀਡੀਓ ਕੌਣ ਲੀਕ ਕਰ ਰਿਹਾ ਆਮ ਆਦਮੀ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਦੇ ਲਈ ਇਹ ਦਾਅਵੇ ਜਿਹੜੇ ਐ ਉਹ ਮਨੀਸ਼ ਸੋਸੋਧਿਆ ਕਰ ਚੁੱਕੇ ਨੇ ਆਮ ਆਦਮੀ ਪਾਰਟੀ ਦੇ ਔਰ ਦਾਵਾ ਕੀਤਾ ਗਿਆ ਸੀ ਪਹਿਲਾ ਵੀਡੀਓ ਆਂਦੀ ਹੈ ਤਾਂ ਉਸ ਦੇ ਵਿੱਚ ਕਿਹਾ ਗਿਆ ਸੀ ਕਿ ਸਤਿੰਦਰ ਜੈਨ ਦੇ ਸੱਟ ਲੱਗੀ ਹੋਈ ਹੈ ਤੇ ਇਸ ਕਰਕੇ ਉਹਨਾਂ ਦਾ ਫਿਜ਼ੀਓਥੈਰੇਪੀ ਚੱਲ ਰਹੀ ਹੈ ਤਾਂ ਹੁਣ ਦੂਸਰੇ ਪਾਸੇ ਇੱਕ ਹੋਰ ਜਾਣਕਾਰੀ ਸਾਹਮਣੇ ਆਂਦੀ ਹੈ ਕਿ ਜੋ ਫਿਜ਼ੀਓਥੈਰੇਪਿਸਟ ਨਹੀਂ ਹੈ ਜੋ ਫਿਜ਼ੀਓਥੈਰੇਪੀ ਕਰ ਰਿਹਾ ਉਹ ਵਿਅਕਤੀ ਰੇਪ ਦਾ ਦੋਸ਼ੀ ਹੈ ਤੇ ਉਸ ਨੂੰ ਸਜ਼ਾ ਹੋਈ ਹੈ ਤੇ ਇਸ ਕਰਕੇ ਤਿਹਾਰ ਜੇਲ੍ਹ ਦੇ ਵਿੱਚ ਬੰਦ ਹੈ ਉਸ ਦਾ ਨਾਮ ਰਿੰਕੂ ਹੈ ਤਾਂ ਇਸ ਸ ਵਿਚਾਲੇ ਹੁਣ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਦੇ ਨਾਲ ਘਿਰ ਚੁੱਕੀ ਹੈ ਵਿਰੋਧੀਆਂ ਜਿਹੜੇ ਸਵਾਲ ਖੜੇ ਕਰ ਰਹੇ ਨੇ ਇਸ ਦੇ ਉੱਪਰ ਸਫਾਈ ਕਰ ਰਹੇ ਨੇ ਔਰ ਦਿੱਲੀ ਐਮਸੀਡੀ ਦੇ ਚੋਣਾਂ ਮਿਊਨਿਸਪਲ ਕਾਰਪੋਰੇਸ਼ਨ ਦੇ ਚੋਣਾਂ ਤੇ ਗੁਜਰਾਤ ਦੇ ਚੋਣਾਂ ਦੇ ਵਿੱਚ ਜਿਹੜਾ ਦਾਵਾ ਜੋ ਵੀਡੀਓ ਆਉਂਦੀ ਇਸ ਦੇ ਨਾਲ ਸਵਾਲ ਖੜੇ ਹੁੰਦੇ ਨੇ ਤਾਂ ਦੂਸਰੇ ਪਾਸੇ ਅਰਵਿੰਦ ਕੇਜਰੀਵਾਲ ਨੇ ਜਿਹੜਾ ਇਹ ਇੱਕ ਹੋਰ ਭਵਿੱਖਬਾਣੀ ਕਰ ਦਿੱਤੀ ਹੈ ਹਾਲਾਂਕਿ ਅਰਵਿੰਦ ਕੇਜਰੀਵਾਲ ਭਵਿੱਖਬਾਣੀ ਜਾਂ ਫਿਰ ਚੋਣਾਂ ਤੋਂ ਪਹਿਲਾਂ ਆਪਣੇ ਤਰੀਕੇ ਦੇ ਨਾਲ ਕਿਸ ਦੀਆਂ ਕਿੰਨੀਆਂ ਸੀਟਾਂੀਆਂ ਨੇ ਅਜੇਹੇ ਜਿਹੜੇ ਦਾਅਵੇ ਕਰਨ ਦੇ ਵਿੱਚ ਐਕਸਪਰਟ ਮੰਨੇ ਜਾਂਦੇ ਨੇ ਤਾਂ ਹੁਣ ਬੀਤੇ ਦਿਨੀ ਜਿਹੜਾ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਕਾਂਗਰਸ ਦੀਆਂ 6 ਜਾਂ 7 ਸੀਟਾਂ ਆ ਸਕਦੇ ਨੇ ਇਸ ਤੋਂ ਵੱਧ ਨਹੀਂ ਆਣੀਆਂ ਤਾਂ ਹੁਣ ਭਾਜਪਾ ਨੂੰ ਲੈ ਕੇ ਵੀ ਅਰਵਿੰਦ ਕੇਜਰੀਵਾਲ ਨੇ ਵੱਡਾ ਸਵਾਲ ਖੜਾ ਕਰ ਦਿੱਤਾ ਔਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਦਾ ਯਾਨਕੀ ਭਾਰਤੀ ਜਨਤਾ ਪਾਰਟੀ ਦਾ ਵੋਟ ਸ਼ੇਅਰ 11% ਘਟ ਹੋਣ ਵਾਲਾ ਇਸ ਘਟ ਦਾ ਕਾਰਨ ਇਹ ਹੈ ਕਿ ਆਮ ਆਦਮੀ ਪਾਰਟੀ ਦੀਆਂ ਜਿਹੜੇ ਵੋਟ ਸ਼ੇਅਰ ਉਹ ਵੱਧ ਰਿਹਾ ਤੇ ਇਸ ਕਰਕੇ ਹੁਣ ਭਾਜਪਾ ਦਾ ਗੁਜਰਾਤ ਚੋਣਾਂ ਦੇ ਵਿੱਚ 11% ਵੋਟ ਬੈਂਕ ਜਿਹੜਾ ਉਹ ਘਟੇਗਾ ਦੇਖਣਾ ਹੋਵੇਗਾ ਕਿ ਇਸ ਵਾਰ ਦੀ ਅਰਵਿੰਦ ਕੇਜਰੀਵਾਲ ਦੀ ਭਵਿੱਖਬਾਣੀ ਕੀ ਹੁੰਦੀ ਹੈ ਪਰ ਦੂਸਰੇ ਪਾਸੇ ਭਾਜਪਾ ਵੀ ਲਗਾਤਾਰ ਚੋਣ ਪ੍ਰਚਾਰ ਕਰ ਰਹੀ ਹੈ ਗੁਜਰਾਤ ਦੇ ਵਿੱਚ ਔਰ ਦਾਵਾ ਕੀਤਾ ਜਾ ਰਿਹਾ ਭਾਜਪਾ ਦੇ ਪ੍ਰਧਾਨ ਜਿਹੜੇ ਨੈਸ਼ਨਲ ਪ੍ਰੈਜ਼ੀਡੈਂਟ ਹੈਗੇ ਨੇ ਜੇਪੀ ਨੰਡਾ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਚੋਣਾਂ ਦੇ ਵਿੱਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪੈਣਾ ਕਿਉਂਕਿ ਇਹ ਬੈਨਰ ਆਧਾਰਿਤ ਪਾਰਟੀ ਹੈ ਜਦਕਿ ਭਾਜਪਾ ਜਿਹੜੀ ਹੈ ਉਹ ਕੈਡਰ ਆਧਾਰਿਤ ਪਾਰਟੀ ਹੈ ਉਹਨਾਂ ਦਾ ਕਹਿਣ ਦਾ ਮਤਲਬ ਹੈ ਕਿ ਭਾਜਪਾ ਦਾ ਇੱਕ ਵੋਟ ਜਿਹੜਾ ਹੈ ਇੱਕ ਕੈਡਰ ਹੈ ਉਹਨਾਂ ਦੇ ਕੋਲ ਭਾਜਪਾ ਦੇ ਕੋਲ ਤੇ ਜਦਕਿ ਆਮ ਆਦਮੀ ਪਾਰਟੀ ਸਿਰਫ ਇਸ਼ਤਿਹਾਰ ਤੇ ਹੀ ਜਿਹੜਾ ਹੈ ਦਾਅਵੇ ਕਰ ਰਹੀ ਹੈ ਅਸਲ ਦੇ ਵਿੱਚ ਜ਼ਮੀਨੀ ਪੱਧਰ ਤੇ ਕੁਝ ਵੀ ਅਜਿਹਾ ਨਹੀਂ ਹੁੰਦਾ ਉਧਰ ਗੁਹਾਟੀ ਵਿੱਚ ਅਸਮ ਤੇ ਮੇਘਾਲਿਆ ਸਰਹੱਦ ਦੇ ਉੱਪਰ ਹਿੰਸਾ ਪੜਕ ਗਈ ਹੈ ਤੇ ਹਿੰਸਾ ਦੇ ਦੌਰਾਨ ਮਾਹੌਲ ਨੂੰ ਕੰਟਰੋਲ ਕਰਨ ਦੇ ਲਈ ਗੋਲੀਬਾਰੀ ਪੁਲਿਸ ਵੱਲੋਂ ਗੋਲੀਆਂ ਚਲਾਈ ਗਈ ਤਾਂ ਇਸ ਵਿਚਾਲੇ 6 ਲੋਕਾਂ ਦੀ ਮੌਤ ਹੋ ਗਈ ਹੈ ਤੇ 7 ਦੇ ਕਰੀਬ ਲੋਕ ਜ਼ਖਮੀ ਹੋਏ ਨੇ 6 ਗਨ ਜਾਨਾਂ ਜਿਹੜੀਆਂ ਜਾ ਚੁੱਕੀਆਂ ਨੇ ਦਰਸਲ ਕੀ ਹੁੰਦਾ ਹੈ ਕਿ ਅਸਾਮ ਤੇ ਮੇਘਾਲਿਆ ਦੀ ਸਰਹਾਦੇ ਦੇ ਉੱਪਰ ਸਵੇਰੇ ਤੜਕਸਾਰ ਤਕਰੀਬਨ 3 ਵਜੇ ਇੱਕ ਟਰੱਕ ਲੱਕੜ ਦੇ ਨਾਲ ਭਰਿਆ ਹੁੰਦਾ ਉਹ ਜਾ ਰਿਹਾ ਹੁੰਦਾ ਤਾ ਜਿਹੜੇ ਕੋਸਟ ਗਾਰਡ ਹੁੰਦੇ ਨੇ ਜੰਗਲਾਤ ਕਰਮਚਾਰੀ ਹੁੰਦੇ ਆ ਇਸ ਟਰੱਕ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਆ ਟਰੱਕ ਨਹੀਂ ਰੁਕਦਾ ਫਿਰ ਟਰੱਕ ਦੇ ਟਾਇਰ ਨੂੰ ਪੈਂਚਰ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਜਿਹੜੇ ਉਸ ਦੇ ਵਿੱਚ ਸਵਾਰ ਹੁੰਦੇ ਐ ਡਰਾਈਵਰ ਤੇ ਨਾਲ ਹੋਰ ਸਾਥੀ ਇਹਨਾਂ ਨੂੰ ਫੜ ਲਿਆ ਜਾਂਦਾ ਤੇ ਉਹਨਾਂ ਨੂੰ ਛਡਵਾਉਣ ਦੇ ਲਈ ਡਰਾਈਵਰ ਤੇ ਇਸ ਦੇ ਸਹਾਇਕ ਤੇ ਨਾਲ ਹੋਰ ਲੋਕਾਂ ਨੂੰ ਛਡਵਾਉਣ ਦੇ ਲਈ ਉਹਨਾਂ ਦੇ ਸਮਰਥਕ ਵੱਡੀ ਗਿਣਤੀ ਦੇ ਵਿੱਚ ਪਹੁੰਚ ਜਾਂਦੇ ਆ ਪੁਲਿਸ ਕੋਸਟ ਗਾਰਡ ਦੇ ਖਿਲਾਫ ਜਿਹੜੇ ਆ ਉਹ ਕਾਰਵਾਈ ਜਿਹੜੀ ਆ ਪ੍ਰਦਰਸ਼ਨ ਕਰਦੇ ਨੇ ਜਿਸ ਤੋਂ ਬਾਅਦ ਮਾਹੌਲ ਜਿਹੜਾ ਵਿਗੜਦਾ ਹੈ ਤੇ ਮਾਹੌਲ ਨੂੰ ਕੰਟਰੋਲ ਕਰਨ ਦੇ ਲਈ ਜੰਗਲਾਤ ਕਰਮਚਾਰੀਆਂ ਵੱਲੋਂ ਜਿਹੜਾ ਆ ਉਹ ਇਸ ਤੋਂ ਬਾਅਦ ਕਾਰਵਾਈ ਕੀਤੀ ਜਾਂਦੀ ਤੇ ਇਸ ਕਾਰਵਾਈ ਦੇ ਵਿੱਚ 6 ਲੋਕ ਜਿਹੜੇ ਆ ਉਹ ਮਰ ਜਾਂਦੇ ਨੇ ਤੇ ਇਹਨਾਂ ਦੀ ਜਿਹੜੀ ਮੌਤ ਹੋਈ ਹੈ ਇਹਨਾਂ ਦੇ ਵਿੱਚ ਜਿਹੜਾ ਇੱਕ ਜਿਹੜਾ ਆ ਵਨ ਰੱਖਸ਼ਕ ਵੀ ਜਿਹੜਾ ਵਨ ਰੱਖਿਆਕ ਹੈਗਾ ਉਹ ਵੀ ਇਸ ਦੇ ਵਿੱਚ ਉਸ ਦੀ ਮੌਤ ਹੋ ਜਾਂਦੀ ਹੈ ਉਧਰ ਕਰਨਾਟਕ ਹਾਈ ਕੋਰਟ ਵੱਲੋਂ ਇੱਕ ਵੱਡਾ ਫੈਸਲਾ ਸੁਣਾਇਆ ਗਿਆ ਕਰਨਾਟਕ ਹਾਈ ਕੋਰਟ ਨੇ ਕਿਹਾ ਕਿ ਗੋਦ ਲਿਆ ਪੁੱਤਰ ਜਿਹੜਾ ਆ ਉਸ ਨੂੰ ਤਰਸ ਦੇ ਆਧਾਰ ਤੇ ਨੌਕਰੀ ਦਾ ਉਹ ਹੱਕਦਾਰ ਹੈ ਜਿਸ ਕਿਸੇ ਨੇ ਬੱਚੇ ਨੂੰ ਗੋਦ ਲਿਆ ਜਾਂ ਫਿਰ ਉਸ ਨੂੰ ਤਰਸ ਦੇ ਆਧਾਰ ਤੇ ਨੌਕਰੀ ਦਿੱਤੀ ਜਾ ਸਕਦੀ ਹੈ ਕਰਨਾਟਕ ਹਾਈ ਕੋਰਟ ਨੇ ਕਿਹਾ ਕਿ ਗੋਦਲੇ ਬੱਚੇ ਦੇਵੀ ਜੈਵਿਕ ਬੱਚੇ ਦੇ ਜਿਹੜਾ ਉਹਨਾਂ ਦਾ ਆਪਣਾ ਰੀਅਲ ਬੱਚਾ ਹੈਗਾ ਉਹਦੇ ਬਰਾਬਰ ਅਧਿਕਾਰ ਹੁੰਦੇ ਨੇ ਤੇ ਅਧਿਕਾਰ ਜਿਹੜੇ ਹਰ ਜਗ੍ਹਾ ਦੇ ਉੱਪਰ ਜਿਹੜੇ ਅਪਲਾਈ ਹੁੰਦੇ ਨੇ ਤਾਂ ਉਹਨਾਂ ਨੇ ਕਿਹਾ ਕਿ ਤਰਸ ਦੇ ਆਧਾਰ ਤੇ ਮਾਪਿਆਂ ਦੀ ਥਾਂ ਤੇ ਨੌਕਰੀ ਦੇਣ ਵੇਲੇ ਉਸ ਦਾ ਅਧਿਕਾਰ ਬਣਦਾ ਹੈ ਤੇ ਇਸ ਕਰਕੇ ਉਸ ਦੇ ਨਾਲ ਵਿਤਕਰਾ ਨਹੀਂ ਕਰਨਾ ਚਾਹੀਦਾ ਉਸ ਨੂੰ ਵੀ ਨੌਕਰੀ ਦਿੱਤੀ ਜਾਣੀ ਚਾਹੀਦੀ ਹੈ ਅਦਾਲਤ ਨੇ ਜਿਹੜੇ ਹੈ ਕਿਹਾ ਕਿ ਗੋਦਲੇ ਬੱਚੇ ਦੇ ਉੱਪਰ ਵੀ ਇਹ ਉਦੇਸ਼ੇ ਲਾਗੂ ਹੁੰਦੇ ਨੇ ਜੋ ਜੈਵਿਕ ਤੌਰ ਦੇ ਉੱਪਰ ਬੱਚੇ ਦੇ ਉੱਪਰ ਹੁੰਦੇ ਨੇ ਤਾਂ ਵੱਡਾ ਫੈਸਲਾ ਕੀਤਾ ਗਿਆ ਵੱਡਾ ਫੈਸਲਾ ਸੁਣਾਇਆ ਗਿਆ ਕਰਨਾਟਕ ਹਾਈ ਕੋਰਟ ਵੱਲੋਂ ਉਧਰ ਚੀਫ ਜੁਡੀਸ਼ੀਅਲ ਮੈਜਿਸਟਰੇਟ ਨੇ ਯੂਪੀ ਦੇ ਜ਼ਿਲ੍ਹੇ ਚਿੱਤਰਕੁੱਟ ਦੇ ਵਿੱਚ ਸਾਲ 2009 ਦੇ ਵਿੱਚ ਜਦੋਂ ਬਸਪਾ ਦੀ ਸਰਕਾਰ ਸੀ ਤਾਂ ਉਸਦੇ ਨੀਤੀਆਂ ਦੇ ਖਿਲਾਫ ਜੋ ਭਾਜਪਾ ਦੇ ਪ੍ਰਦਰਸ਼ਨ ਕਰ ਰਹੇ ਸੀ ਤਾਂ ਉਹਨਾਂ ਦੇ ਖਿਲਾਫ ਹੁਣ ਉਹਨਾਂ ਨੂੰ ਜਿਹੜਾ ਹੈ ਬੀਜੇਪੀ ਦੇ ਸੰਸਦ ਮੈਂਬਰ ਸਮੇਤ 19 ਜਣਿਆਂ ਨੂੰ ਦੋਸ਼ੀ ਕਰਾਰ ਦਿੱਤਾ ਦਰਅਸਰ ਕੀ ਹੁੰਦਾ ਹੈ ਕਿ ਮਾਇਆਵਤੀ ਦੀ ਸਰਕਾਰ ਦੇ ਸਮੇਂ ਜਿਹੜਾ ਸਰਕਾਰ ਦੀ ਨੀਤੀਆਂ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾਂਦਾ ਹੈ ਰੇਲ ਗੱਡੀ ਰੋਕੀ ਜਾਂਦੀ ਹੈ ਤੇ ਨਾਲ ਦੀ ਨਾਲ ਪ੍ਰਸ਼ਾਸਨ ਤੇ ਪਥਰਾ ਕੀਤਾ ਜਾਂਦਾ ਹੈ ਰੇਲ ਪ੍ਰਸ਼ਾਸਨ ਤੇ ਪਥਰਾ ਕੀਤਾ ਜਾਂਦਾ ਹੈ ਤੇ ਇਸ ਮਾਮਲੇ ਦੇ ਵਿੱਚ 19 ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਇਸ ਦੇ ਵਿੱਚ ਬੀਜੇਪੀ ਦੇ ਜੋ ਸੰਸਦ ਮੈਂਬਰ ਨੇ ਆਰ ਕੇ ਪਟੇਲ ਤੇ ਨਾਲ ਦੀ ਨਾਲ ਮੌਜੂਦਾ ਨਗਰਪਾਲਿਕਾ ਦਾ ਚੇਅਰਮੈਨ ਨਰਿੰਦਰ ਗੁਪਤਾ ਇਹ ਵੀ ਸ਼ਾਮਲ ਹੈ ਤੇ ਇਹਨਾਂ ਨੂੰ 500 ਰੁਪਏ ਜੁਰਮਾਨਾ ਵੀ ਲਗਾਇਆ ਗਿਆ ਤੇ 1 ਸਾਲ ਦੀ ਸਜ਼ਾ ਵੀ ਸੁਣਾਈ ਹੈ ਦੋਸ਼ੀ ਕਰਾਰ ਦੇ ਦਿੱਤੇ ਗਏ ਤੇ ਨਾਲ ਨਾਲ ਸਜ਼ਾ ਦਾ ਐਲਾਨ ਵੀ ਹੋ ਗਿਆ ਉਧਰ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਚੱਲ ਰਹੇ T20 ਮੈਚ ਦੇ ਵਿੱਚ ਜੋ ਸੀਰੀ ਚੱਲੀ ਹੋਈ ਹੈ ਤਾਂ ਉਸ ਨੂੰ ਭਾਰਤ ਨੇ ਜਿੱਤ ਲਿਆ ਤੇ ਹਾਲਾਂਕਿ ਅੱਜ ਦਾ ਜਿਹੜਾ ਮੈਚ ਹੈਗਾ ਆ ਉਹ ਉਸ ਦੇ ਵਿੱਚ ਇੱਕ ਨਵਾਂ ਰਿਕਾਰਡ ਵੀ ਦੇਖਣ ਨੂੰ ਮਿਲਿਆ ਤੇ ਇਸ ਦੇ ਵਿੱਚ ਜੇਕਰ ਗੱਲ ਕਰੀ ਜਾਵੇ ਤਾਂ ਅਰਸ਼ਦੀਪ ਦੀ ਬੱਲੇ ਜਿਹੜੀ ਗੇਂਦਬਾਜ਼ੀ ਹੈਗੀ ਆ ਉਸ ਦੇ ਉੱਪਰ ਸਾਰੇ ਦੀ ਨਿਗਾ ਸੀ ਅਰਸ਼ਦੀਪ ਨੇ ਹਾਲਾਂਕਿ ਇਸ ਸੀਰੀਜ਼ ਦੇ ਵਿੱਚ ਪਹਿਲਾਂ ਕੋਈ ਖਾਤਾ ਨਾ ਖੋਲ ਸਕੇ ਆਪਣਾ ਤਾਂ ਹੁਣ ਅਰਸ਼ਦੀਪ ਨੇ ਚਾਰ ਸ਼ਾਨਦਾਰ ਜਿਹੜੀਆਂ ਵਿਕਟਾਂ ਉਹ ਛਟਕਾਈਆਂ ਨੇ ਤੇ ਇਸ ਮਾਮਲੇ ਦੇ ਵਿੱਚ ਹੁਣ ਜਿਹੜਾ ਹੈ ਭਾਰਤੀ ਟੀਮ 1-0 ਦੇ ਬਰਤ ਦੇ ਨਾਲ ਅੱਗੇ ਜਿਹੜੀ ਹੈ ਇਸ ਸੀਰੀਜ਼ ਆਪਣੇ ਨਾਮ ਕਰ ਚੁੱਕੀ ਹੈ ਹਾਲਾਂਕਿ ਅੱਜ ਦਾ ਜਿਹੜਾ ਮੈਚ ਹੈਗਾ ਇਸ ਦੇ ਵਿੱਚ ਮੌਸਮ ਦੀ ਬਦੌਲਤ ਜਿਹੜਾ ਹੈ ਉਹ ਮੈਚ ਰੱਦ ਕਰ ਦਿੱਤਾ ਗਾਇਸ ਦੇ ਕਰਕੇ ਜਿਹੜਾ ਹੈ ਪਹਿਲਾ ਬੱਲੇਬਾਜ਼ੀ ਕਰਦੇ ਹੋਏ ਕੀਵੀ ਟੀਮ ਨੇ 19.4 ਓਵਰਾਂ ਦੇ ਵਿੱਚ 160 ਦੌੜਾਂ ਬਣਾਈਆਂ ਸੀ ਤਾਂ ਫਿਰ ਇਸ ਦੇ ਵਿੱਚ ਜਿਹੜਾ ਹੈ ਟਾਰਗੇਟ ਦਾ ਪਿੱਛਾ ਕਰਦੇ ਹੋਏ ਭਾਰਤ ਨੇ ਜਿਹੜਾ ਹੈ ਇੰਡੀਆ ਟੀਮ ਨੇ 9 ਓਵਰਾਂ ਦੇ ਵਿੱਚ 4 ਵਿਕਟਾਂ ਗਵਾ ਕੇ 75 ਦੌੜਾਂ ਬਣਾਈਆਂ ਫਿਰ ਮੀ ਪੈਣ ਲੱਗ ਪਿਆ ਸੀ ਤੇ ਇਸ ਤੋਂ ਬਾਅਦ ਜਿਹੜੀ ਹੈ T20 ਜਿਹੜਾ ਉਹ ਮੈਚ ਨੂੰ ਟਾਈ ਐਲਾਨ ਦਿੱਤਾ ਗਿਆ ਤੇ ਇਸ ਦੇ ਵਿੱਚ ਅਰਸ਼ਦੀਪ ਦੀ ਗੇਂਦਬਾਜ਼ੀ ਜਿਹੜੀ ਹੈ ਸਭ ਤੋਂ ਵੱਧ ਦੇਖਣ ਨੂੰ ਮਿਲੀ ਹੈ ਅਰਸ਼ਦੀਪ ਨੇ 4 ਜਿਹੜੀਆਂ ਵਿਕਟਾਂ ਇਸ ਟੂਰਨਾਮੈਂਟ ਦੇ ਵਿੱਚ ਲਈਆਂ ਨੇ ਹੁਣ ਨਜ਼ਰ ਮਾਰਦੇ ਹਾਂ ਵਿਦੇਸ਼ ਦੀਆਂ ਕੁਝ ਵੱਡੀਆਂ ਤੇ ਤਾਜ਼ਾ ਖਬਰਾਂ ਤੇ ਸ਼ੁਰੂਆਤ ਕਰਾਂਗੇ ਆਸਟ੍ਰੇਲੀਆ ਤੋਂ ਆਸਟ੍ਰੇਲੀਆ ਦੇ ਵਿੱਚ ਭਾਰਤੀਆਂ ਦੇ ਨਾਲ ਇੱਕ ਵਿਤਕਰੇ ਵਰਗੀ ਇੱਕ ਸਾਹਮਣੇ ਆਇਆ ਹੈ ਦਰਅਸਲ ਕੀ ਹੁੰਦਾ ਹੈ ਕਿ ਐਡੀਲੇਡ ਦੇ ਵਿੱਚ ਇੱਕ ਡਾਕਖਾਨੇ ਦੇ ਬਾਹਰ ਜਿਹੜਾ ਆ ਉਹ ਨਸਲੀ ਪੇਦ ਸਾਈਨ ਬੋਰਡ ਦੇ ਉੱਪਰ ਨਸਲੀ ਜਿਹੜੀ ਹੈ ਇੱਕ ਵਿਤਕਰਾ ਸੰਬੰਧੀ ਪੋਸਟਰ ਲਗਾਏ ਜਾਂਦੇ ਨੇ ਤੇ ਡਾਕਖਾਨੇ ਦੇ ਬਾਹਰ ਲਿਖਿਆ ਹੁੰਦਾ ਹੈ ਕਿ ਇੱਥੇ ਭਾਰਤੀ ਤਸਵੀਰ ਨਹੀਂ ਲੈ ਸਕਦੇ ਅਜਿਹੇ ਇਥੇ ਨੋਟਿਸ ਲਗਾ ਦਿੱਤਾ ਜਾਂਦਾ ਜਿਸ ਦਾ ਕਾਫੀ ਇਤਰਾਜ਼ ਹੋਇਆ ਇਤਰਾਜ਼ ਤੋਂ ਬਾਅਦ ਭਾਰਤੀਆਂ ਨੇ ਉੱਥੇ ਜਿਹੜਾ ਇਹ ਮੰਗ ਕੀਤੀ ਜਦੋਂ ਆਵਾਜ਼ ਉਠਾਈ ਤਾਂ ਉਸ ਤੋਂ ਬਾਅਦ ਫਿਰ ਡਾਕਖਾਨੇ ਨੂੰ ਮਾਫੀ ਮੰਗਣੀ ਪਈ ਹੈ ਤਾਂ ਇਹ ਤਸਵੀਰਾਂ ਜਦੋਂ ਸਾਹਮਣੇ ਦੇਖਣ ਨੂੰ ਮਿਲਦੀਆਂ ਤਾਂ ਉੱਥੇ ਰਹਿੰਦੇ ਭਾਰਤੀਆਂ ਨੇ ਇਤਰਾਜ਼ ਵੀ ਜਤਾਇਆ ਔਰ ਇਸ ਨੂੰ ਨਸਲੀ ਵਿਤਕਰੇ ਵਜੋਂ ਵੀ ਲੋਕ ਦੇਖ ਰਹੇ ਨੇ ਕਿ ਆਸਟ੍ਰੇਲੀਆ ਦੇ ਵਿੱਚ ਅਜਿਹਾ ਦੇਖਣ ਨੂੰ ਮੇਰੇ ਇਸ ਪੋਸਟ ਦੇ ਨਾਲ ਪੋਸਟ ਆਫਿਸ ਦੇ ਵਿੱਚ ਅਜਿਹੇ ਬਿਆਨ ਲਿਖਣੇ ਅਜਿਹੇ ਪੋਸਟਰ ਲਗਾਉਣੇ ਇਸ ਦਾ ਭਾਰਤੀ ਹੁਣ ਕਾਫੀ ਵਿਰੋਧ ਕਰ ਰਹੇ ਨੇ ਐਡਿਲੇਡ ਦੇ ਰੈਡਲ ਮਾਲ ਇਲਾਕੇ ਦੇ ਵਿੱਚ ਇੱਕ ਪੋਸਟ ਆਫਿਸ ਆ ਉਸ ਦੇ ਬਾਹਰ ਇਹ ਸਾਈਨ ਬੋਰਡ ਲਗਾਏ ਗਏ ਸੀ ਜਿਸ ਤੋਂ ਬਾਅਦ ਹੁਣ ਭਾਰਤੀਆਂ ਵੱਲੋਂ ਵਿਰੋਧ ਕੀਤਾ ਗਿਆ ਤਾਂ ਇਸ ਵਿਰੋਧ ਤੋਂ ਬਾਅਦ ਜਿਹੜਾ ਡਾਕ ਖਾਨੇ ਵੱਲੋਂ ਮਾਫੀ ਮੰਗੀ ਗਈ ਹੈ ਤੇ ਇਹਨਾਂ ਸਾਈਨਾਂ ਨੂੰ ਇਸ ਸਾਈਨ ਬੋਰਡ ਨੂੰ ਹਟਾ ਦਿੱਤਾ ਗਿਆ ਅਮਰੀਕਾ ਦੇ ਜਾਣ ਦੇ ਲਈ ਪੰਜਾਬੀ ਜਾਂ ਫਿਰ ਭਾਰਤੀ ਕਈ ਤਰ੍ਹਾਂ ਦੇ ਹਤਕੰਡੇ ਅਪਣਾਉਂਦੇ ਨੇ ਚਾਹੇ ਉਸ ਬਾਰਡਰ ਕ੍ਰੋਸ ਕਰਨਾ ਹੋਵੇ ਜਾਂ ਫਿਰ ਸਮੁੰਦਰੀ ਰਸਤੇ ਆਣਾ ਹੋਵੇ ਤਾਂ ਅਜੇ ਹੀ ਇੱਕ ਹਾਸਾ ਜਿਹੜਾ ਹੈ ਉਹ ਫਲੋਰੀਡਾ ਦੇ ਵਿੱਚ ਦੇਖਣ ਨੂੰ ਮਿਲਿਆ ਫਲੋਰੀਡਾ ਦੇ ਅੰਦਰ ਇੱਕ ਕਿਸ਼ਤੀ ਪਲਟ ਦੇ ਨਾਲ ਪੰਜ ਲੋਕਾਂ ਦੀ ਮੌਤ ਹੋ ਜਾਂਦੀ ਹੈ ਉਸ ਦੇ ਵਿੱਚ 14 ਲੋਕ ਸਵਾਰ ਹੁੰਦੇ ਨੇ ਇਹ ਜਿਹੜਾ ਹਾਸਾ ਵਾਪਰਦਾ ਇਹ ਫਲੋਰੀਡਾ ਤੋਂ ਤਕਰੀਬਨ ਫਲੋਰੀਡਾ ਟੱਟ ਤੋਂ ਤਕਰੀਬਨ 50 ਮੀਲ ਦੀ ਦੂਰੀ ਦੇ ਉੱਪਰ ਲिटल ਟਾਰਚ ਕੀ ਨਾਮ ਦਾ ਇੱਕ ਜਿਹੜਾ ਟਾਪੂ ਹੈਗਾ ਉੱਥੇ ਇਹ ਵਾਪਰਦਾ ਕਿਸ਼ਤੀ ਪਲਟ ਜਾਂਦੀ ਹੈ ਤੇ ਇਸ ਪਲਟਲ ਦੇ ਨਾਲ ਅਮਰੀਕਾ 'ਚ ਜੋ ਦਾਖਲ ਹੋਣ ਦੀ ਯਤਨ ਕਰ ਰਹੀ ਸੀ 14 ਲੋਕ ਉਹਨਾਂ ਦੇ ਵਿੱਚੋਂ ਡੁੱਬਣ ਦੇ ਨਾਲ 5 ਲੋਕਾਂ ਦੀ ਮੌਤ ਹੋ ਜਾਂਦੀ ਹੈ ਤੇ 9 ਜਣਿਆਂ ਨੂੰ ਜਿਹੜਾ ਹੈ ਯੂਐਸ ਜਿਹੜਾ ਹੈ ਕੋਸਟ ਗਾਰਡ ਵੱਲੋਂ ਉਹਨਾਂ ਨੂੰ ਫੜ ਲਿਆ ਜਾਂਦਾ ਹੈ ਤਾਂ ਇਸ ਵਿਚਾਲੇ ਜਿਹੜਾ ਹੈ 9 ਨੂੰ ਬਚਾ 9 ਨੂੰ ਬਚਾ ਲਿਆ ਜਾਂਦਾ ਤੇ ਉਸ ਤੋਂ ਬਾਅਦ ਇੱਕ ਵਿਅਕਤੀ ਦੀ ਹਲੇ ਤੱਕ Laash ਬਰਾਮਦ ਹੋਈ ਹੈ ਜਦੋਂ ਤੱਕ ਅਸੀਂ ਖਬਰਾਂ ਦਾ ਪ੍ਰਸਾਰਣ ਕਰ ਰਹੇ ਹਾਂ ਤਾਂ ਇੱਕ Laash ਬਰਾਮਦ ਹੁੰਦੀ ਹੈ ਤੇ ਬਾਕੀ ਚਾਰਾਂ ਦੀ ਭਾਲ ਜਾਰੀ ਹੈ ਕੈਨੇਡਾ ਦੇ ਵਿੱਚ ਵੱਧ ਰਹੀ ਸਰਦੀ ਤੋਂ ਬਚਣ ਦੇ ਲਈ ਹੁਣ ਕੈਨੇਡਾ ਸਰਕਾਰ ਨੇ ਇੱਕ ਵੱਡਾ ਫੈਸਲਾ ਕੀਤਾ ਹੈ ਇੱਕ 250 ਮਿਲੀਅਨ ਦੀ ਗ੍ਰਾਂਟ ਜਾਰੀ ਕੀਤੀ ਹੈ ਤੇ ਇਸ ਗ੍ਰਾਂਟ ਦੇ ਤਹਿਤ ਹੁਣ ਜਿਹੜਾ ਹੈ ਉਹ ਹੀਟ ਪੰਪਸ ਜਿਹੜੇ ਹੈ ਹੀਟ ਪੰਪ ਜਿਹੜੇ ਹੈਗੇ ਨੇ ਉਹ ਘਰਾਂ ਤੱਕ ਪਹੁੰਚਾਉਣ ਦੇ ਲਈ ਇਹ ਗ੍ਰਾਂਟ ਜਾਰੀ ਕੀਤੀ ਹੈ ਤੇ ਹਾਲਾਂਕਿ ਹੁਣ ਸਰਕਾਰ ਨੇ ਇਹ ਦਾਅਵਾ ਕੀਤਾ ਹੈ ਕਿ ਇਸ ਦੇ ਨਾਲ ਹੁਣ ਘਰਾਂ ਦੇ ਵਿੱਚ ਤੇਲ ਦੀ ਮਦਦ ਨਾਲ ਨਿੱਗਾ ਜਿਹੜਾ ਤੇਲ ਦੀ ਮਦਦ ਨਾਲ ਕਮਰੇ ਨੂੰ ਨਿੱਗਾ ਰੱਖਾਂ ਦੀ ਹੁਣ ਤੁਹਾਨੂੰ ਲੋੜ ਨਹੀਂ ਪਵੇਗੀ ਤੇ ਇਸ ਦੇ ਲਈ ਕੈਨੇਡੀਅਨਸ ਹੀਟ ਪੰਪ ਦੇ ਲਈ ਅਪਲਾਈ ਕਰ ਸਕਦੇ ਇਸ ਇਸ ਅਪਲਾਈ ਕਰਨ ਦੇ ਲਈ ਜਿਹੜੇ ਆ ਹੁਣ ਫੈਡਰਲ ਸਰਕਾਰ ਵੱਲੋਂ 250 ਜਿਹੜਾ ਹੈ ਮਿਲੀਅਨ ਡਾਲਰ ਦੀ ਗ੍ਰਾਂਟ ਜਾਰੀ ਕਰ ਦਿੱਤੀ ਗਈ ਹੈ ਇਹ ਇਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਨੇ ਇਸ ਦੀ ਜਾਣਕਾਰੀ ਦਿੱਤੀ ਹੈ ਤੇ ਕਿਹਾ ਕਿ ਘੱਟ ਤੋਂ ਦਰਮਿਆਨੀ ਆਮਦਨ ਵਾਲੇ ਘਰਾਂ ਦੇ ਲਈ ਇਹ ਹੀਟ ਪੰਪ ਜਿਹੜੇ ਹੈ ਇਹ affordable grant 5000 ڈالر تک ਮੁਹैया करवाई ਜਾਵੇਗੀ ਉਹਨਾਂ ਨੇ ਕਿਹਾ ਕਿ ਇਹ ਰਕਮ ਜਿਹੜੀ ਘਰਾਂ ਵਿੱਚ ਹੀਟ ਪੰਪ ਇੰਸਟਾਲ ਕਰਨ ਨਵੇਂ ਇਕੁਪਮੈਂਟ ਦੇ ਲਈ ਇਲੈਕਟ੍ਰੀਕਲ ਅਪਗ੍ਰੇਡ ਅਪਗ੍ਰੇਡੇਸ਼ਨ ਤੇ ਨਾਲ ਦੀ ਨਾਲ ਤੇਲ ਦੇ ਟੈਕਸ ਨੂੰ ਹਟਾਉਣ ਦੇ ਲਈ ਇਹ ਖਰਚ ਕੀਤਾ ਜਾਵੇਗਾ ਔਰ ਜਿਵੇਂ ਜਿਵੇਂ ਕੈਨੇਡਾ ਦਾ ਵਿੱਚ ਹੁਣ ਅੱਗੇ ਸਰਦੀ ਵਧਦੀ ਜਾ ਰਹੀ ਹੈ ਤਾਂ ਉਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹ ਫੈਸਲੇ ਲਏ ਜਾ ਰਹੇ ਨੇ ਉਧਰ ਅਮਰੀਕਾ ਦੇ ਵਿੱਚ ਵੀ ਲਗਭਗ ਦੇਖਿਆ ਜਾਵੇ ਤਾਂ ਪੂਰਾ ਨਾਰਥ ਅਮਰੀਕਾ ਹੁਣ ਠੰਡ ਦੀ ਲਪੇਟ ਵਿੱਚ ਆ ਚੁੱਕਿਆ ਹੈ ਮਾਈਨਸ ਤੋਂ ਵੀ ਜਿਹੜਾ ਹੈ ਤਾਪਮਾਨ ਪਹੁੰਚਣਾ ਸ਼ੁਰੂ ਹੋ ਚੁੱਕਿਆ ਹੈ ਤਾਂ ਅਜਿਹੇ ਵਿਚਾਲੇ ਹੁਣ ਅਮਰੀਕਾ ਦੇ ਅਮਰੀਕਾ ਦੇ ਰਾਸ਼ਟਰਪਤੀ ਜੋ ਵਾਈਡਨ ਨੇ ਇੱਕ ਵੱਡੀ ਮਨਜ਼ੂਰੀ ਦਿੱਤੀ ਹੈ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਹੈ ਨਿਊਯਾਰਕ ਦੇ ਵਿੱਚ ਜਿਵੇਂ ਹਾਲਾਤ ਵਧ ਰਹੇ ਨੇ ਤਾਂ ਵਾਈਟ ਹਾਊਸ ਨੇ ਜਿਹੜੇ ਬਿਆਨ ਵਾਈਟ ਹਾਊਸ ਤੋਂ ਜਾਰੀ ਬਿਆਨ ਦੇ ਮੁਤਾਬਕ ਅਮਰੀਕੀ ਰਾਸ਼ਟਰਪਤੀ ਜੋ ਵਾਈਡਨ ਨੇ ਇਤਿਹਾਸਿਕ ਬਰਫਬਾਰੀ ਤੋਂ ਬਾਅਦ ਨਿਊਯਾਰਕ ਰਾਜ ਦੇ ਲਈ ਐਮਰਜੈਂਸੀ ਦੇ ਐਲਾਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਬਾਊਟ ਵਾਈਟ ਹਾਊਸ ਨੇ ਇਸ ਦੀ ਜਿਹੜੀ ਜਾਣਕਾਰੀ ਸਾਂਝੀ ਕੀਤੀ ਹੈ ਤੇ ਨਾਲ ਦੀ ਨਾਲ ਕਿਹਾ ਕਿ ਲੋਕਾਂ ਨੂੰ ਜੋ ਘਰਾਂ ਦੇ ਵਿੱਚ ਬੰਦ ਨੇ ਉਹਨਾਂ ਨੂੰ ਹਰੇਕ ਤਰ੍ਹਾਂ ਦੀ ਆਰਥਿਕ ਤੇ ਨਾਲ ਦੀ ਨਾਲ ਜੋ ਉਹਨਾਂ ਨੂੰ ਇਸ ਚੀਜ਼ ਦੀ ਜ਼ਰੂਰਤ ਹੋਵੇਗੀ ਉਹਨਾਂ ਤੱਕ ਮੌਹੀਆ ਕਰਵਾਈ ਜਾਵੇਗੀ ਫਿਲਹਾਲ ਲੋਕਾਂ ਨੂੰ ਘਰਾਂ ਦੇ ਵਿੱਚ ਬਣੇ ਰਹਿਣ ਦੀ ਅਪੀਲ ਕੀਤੀ ਹੋਈ ਹੈ ਨਿਊਯਾਰਕ ਦੇ ਵਿੱਚ ਭਾਰੀ ਬਰਫਵਾਰੀ ਪੈ ਰਹੀ ਹੈ ਕਿਤੇ ਜਿਹੜੇ ਬੀਤੇ ਦਿਨੀ ਤਕਰੀਬਨ ਕਈ ਜਗ੍ਹਾ ਦੇ ਉੱਪਰ 80 ਇੰਚ ਤਾਂ ਕਈ ਜਗ੍ਹਾ ਦੇ ਉੱਪਰ 6 ਫੁੱਟ ਤੱਕ ਬਰਫਵਾਰੀ ਦਰਜ ਕੀਤੀ ਗਈ ਹੈ ਤੇ ਇਸ ਭਾਰੀ ਬਰਫਵਾਰੀ ਤੇ ਨਾਲ ਦੀ ਨਾਲ ਜੋ ਹਵਾਵਾਂ ਚੱਲ ਰਹੀਆਂ ਨੇ ਠੰਡੀਆਂ ਇਹਨਾਂ ਦੇ ਵਿਚਾਲੇ ਹੁਣ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ ਇਹਦੀ ਕਾਊਂਟ ਦੇ ਜਿਹੜਾ ਆਰਚਰਡ ਪਾਰਕ ਦੇ ਵਿੱਚ ਘਟਨਾ ਵਾਪਰਦੀ ਹੈ ਉੱਥੇ 80 ਇੰਚ ਤੱਕ ਬਰਵਾਰੀ ਹੁੰਦੀ ਹੈ ਤੇ ਦੋ ਲੋਕਾਂ ਦੀ ਮੌਤ ਹੋ ਜਾਂਦੀ ਹੈ ਤੇ ਪੱਛਮੀ ਨਿਊਯਾਰਕ ਦੇ ਕਈ ਹਿੱਸਿਆਂ ਦੇ ਵਿੱਚ 6 ਫੂਟ ਤੱਕ ਬਰਫਵਾਰੀ ਦੇਖਣ ਨੂੰ ਮਿਲੀ ਹੈ ਰਿਕਾਰਡ ਤੌਰ ਬਰਫਵਾਰੀ ਹੈ ਔਰ ਇਸ ਦੇ ਕਾਰਨ ਕਈ ਸੜਕਾਂ ਵੀ ਬੰਦ ਹੋ ਚੁੱਕੀਆਂ ਨੇ ਆਵਾਜਾਈ ਪੂਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋ ਚੁੱਕੀ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਜਿਹੀ ਭਵਿੱਖਬਾਣੀ ਕੀਤੀ ਗਈ ਹੈ ਕਿ ਮੌਸਮ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਰ ਵਿਗੜ ਸਕਦਾ ਹੈ ਤੇ 2014 ਦੇ ਹੁਣ ਤੱਕ ਦੇ 2014 ਦਾ ਇਹ ਜਿਹੜਾ ਰਿਕਾਰਡ ਬਰਫਵਾਰੀ ਨੇ ਤੋੜ ਦਿੱਤਾ ਹੈ ਨਿਊਯਾਰਕ ਦੇ ਵਿੱਚ ਉਧਰ ਪਾਕਿਸਤਾਨ ਆਪਣਾ ਆਰਮੀ ਦਾ ਚੀਫ ਲੱਭਣ ਦੀ ਤਿਆਰੀ ਦੇ ਵਿੱਚ ਕਰ ਜਿਹੜੀ ਇਹ ਡਿਊਟੀ ਹੋਈ ਹੈ ਤੇ ਪਾਕਿਸਤਾਨ ਦੇ ਰੱਖਿਆ ਮੰਤralੀ ਨੇ ਜਿਹੜੀ ਹੈ ਹੁਣ ਪੰਜ ਨਾਮਾਂ ਦੀ ਸੂਚੀ ਜਿਹੜੀ ਹੈ ਉਹ ਭੇਜ ਦਿੱਤੀ ਹੈ ਔਰ ਇਸ ਦੇ ਵਿੱਚ ਮੌਜੂਦਾ ਥਲ ਸੈਨਾ ਮੁਖੀ ਕਮਰ ਜਵੇਦ ਬਾਜਵਾ ਜਿਹੜੇ ਹੈਗੇ ਨੇ ਉਹ 29 ਨਵੰਬਰ ਨੂੰ ਰਿਟਾਇਰ ਹੋ ਰਿਹਾ ਤੇ ਇਸ ਦੋ ਵਿਚਾਲੇ ਹੁਣ ਪੰਜ ਨਾਮਾਂ ਦੀ ਜਿਹੜੀ ਹੈ ਉਹ ਸੂਚੀ ਭੇਜੀ ਗਈ ਹੈ ਤੇ ਇਸ ਦੇ ਵਿੱਚ ਹੁਣ ਕਿਸ ਦਾ ਨੰਬਰ ਲੱਗ ਸਕਦਾ ਕਿਉਂਕਿ ਦੇਖਿਆ ਜਾਵੇ ਤਾਂ ਹੁਣ ਪਹਿਲਾ ਤਿੰਨ ਵਾਰ ਜਿਹੜੀ ਹੈ ਉਹਨਾਂ ਦੇ ਕਾਰਜਕਾਲ ਦੇ ਵਿੱਚ ਵਾਅਦਾ ਕੀਤਾ ਸੀ ਜੋ ਮੌਜੂਦਾ ਚੀਫ ਨੇ ਆਰਮੀ ਦੇ ਉਹਨਾਂ ਨੇ ਹੁਣ ਨਵਾਂ ਦੁਆਰਾ ਤੋਂ ਆਪਣੀ ਜਿਹੜੀ ਹੈ ਸਰਵਿਸ ਦੇ ਵਿੱਚ ਐਕਸਟੈਂਸ਼ਨ ਨੂੰ ਜਿਹੜੀ ਹੈ ਮੰਗ ਕੀਤੀ ਜਾ ਰਹੀ ਸੀ ਤਾਂ ਉਹਨਾਂ ਨੇ ਫਿਲਹਾਲ ਇਸ ਦੇ ਉੱਪਰ ਬ੍ਰੇਕ ਲਗਾ ਦਿੱਤੀ ਹੈ ਤਾਂ ਹੁਣ 29 ਨਵੰਬਰ ਨੂੰ ਸੇਵਾ ਮੁਕਤ ਹੋ ਰਏ ਤੇ ਸਰਵਿਸ ਐਕਸਟੈਂਸ਼ਨ ਲੈਣ ਤੋਂ ਇਨਕਾਰ ਕਰ ਦਿੱਤਾ ਹੈ ਜਰਨਲ ਬਾਜਵਾ ਨੇ ਤਾਂ ਹੁਣ ਜਿਹੜਾ ਹੈ ਪਾਕਿਸਤਾਨ ਨੂੰ ਆਪਣਾ ਅਗਲਾ ਚੀਫ ਕਦੋਂ ਤੱਕ ਮਿਲਦਾ ਇਹ ਦੇਖਣਾ ਹੋਵੇਗਾ ਤਾਂ ਦੂਸਰੇ ਪਾਸੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦਾਅਵਾ ਕੀਤਾ ਹੈ ਕਿ ਜਦੋਂ ਤੱਕ ਭਾਜਪਾ ਜਿਹੜੀ ਹੈ ਭਾਰਤ ਦੇ ਵਿੱਚ ਸਰਕਾਰ ਹੁੰਦੀ ਹੈ ਤਾਂ ਅਜਿਹੇ ਵਿੱਚ ਭਾਰਤ ਦੇ ਨਾਲ ਇਸੇ ਵੀ ਤਰ੍ਹਾਂ ਦੇ ਰਿਸ਼ਤੇ ਜਿਹੜੇ ਉਹ ਸੁਖਾਵੇਂ ਨਹੀਂ ਹੋ ਸਕਦੇ ਭਾਰਤ ਦੇ ਨਾਲ ਸਬੰਧ ਨਹੀਂ ਜਿਹੜੇ ਹੈ ਕਾਇਮ ਕੀਤੇ ਜਾ ਸਕਦੇ ਉਹਨਾਂ ਨੇ ਕਿਹਾ ਕਿ ਜਿਹੜਾ ਭਾਰਤ ਦੇ ਵਿੱਚ ਭਾਜਪਾ ਦੀ ਜੋ ਸਰਕਾਰ ਹੈਗੀ ਹੈ ਇਹ ਜਿਹੜੀ ਹੈ ਇਹ ਇਹ ਦੀ ਚਾਹਤ ਹੈ ਕਿ ਦੋਵਾਂ ਦੇਸ਼ਾਂ ਦੇ ਵਿਚਾਲੇ ਵਪਾਰ ਵਧੀਆ ਹੋਵੇ ਤਾਂ ਦੋਵਾਂ ਦੇਸ਼ਾਂ ਦੇ ਵਿਚਾਲੇ ਆਰਥਿਕ ਜਿਹੜੀ ਹੈ ਉਹ ਮਜ਼ਬੂਤੀ ਆਵੇ ਨਾਲ ਦੀ ਨਾਲ ਰਿਸ਼ਤੇ ਹੋਰ ਮਜ਼ਬੂਤ ਹੋਣ ਭਾਜਪਾ ਅਜਿਹੀ ਗੱਲਾਂ ਜਿਹੜਾ ਨਹੀਂ ਸੋਚਦੀ ਤੇ ਦੇਸ਼ ਇੰਡੀਆ ਦੇ ਨਾਲ ਤਾਂ ਹੀ ਜਿਹੜੀ ਹੈ ਸਾਂਝ ਪੈ ਸਕਦੀ ਹੈ ਜੇਕਰ ਭਾਰਤ ਵਿੱਚ ਪਾਜਪਾਦੀ ਸਰਕਾਰ ਨਿਕਲਦੀ ਹੈ ਤਾਂ ਇਹ ਤਾਂ ਅਸੀਂ ਅੱਜ ਦੀਆਂ ਦੇਸ਼ ਤੇ ਦੁਨੀਆ ਦੀ तमाम ਵੱਡੀਆਂ ਖਬਰਾਂ ਹੋਰ ਤਾਜ਼ਾ ਅਪਡੇਟ ਦੇ ਲਈ ਤੁਸੀਂ ਲਗਾਤਾਰ ਬਣੇ ਰਹੋ ਦਾ ਖਾਲਸ ਟੀਵੀ ਨਾਲ